ਵਰਨਵੀ ਵਿਲੇਜ ਮਿਊਜ਼ੀਅਮ ওভারਕਾਸਟ ਦੀ ਜਿਹੜੀ ਗੱਲ ਕਰਦੇ ਆ ਤਾਂ ਉੱਥੇ ਬੜੀ ਵੱਡੀ ਪ੍ਰਦਰਸ਼ਨੀ ਲੱਗੀ ਹੋਈ ਹੈ ਉਹਨੂੰ ਬਹੁਤ ਵੱਡੇ ਪੱਦਰ ਦੇ ਉੱਤੇ ਉਹਦੀ ਜਿਹੜੀ ਆ ਆਪਾਂ ਕਹਿ ਸਕਦੇ ਹਾਂ ਰਿਬਨ ਕਟਾਈ ਓਪਨਿੰਗ ਜਿਹੜੀ ਆ ਉਹ ਕੀਤੀ ਗਈ ਤੇ ਬਹੁਤ ਸਿਆਸਤਦਾਨ ਉੱਥੇ ਪਹੁੰਚੇ ਹੋਏ ਸੀ ਕਮਿਊਨਿਟੀ ਦੇ ਲੋਕ ਪਹੁੰਚੇ ਹੋਏ ਸੀ ਪਰ ਮੈਨੂੰ ਲੱਗਦਾ ਨਹੀਂ ਕਿ ਜਿਹੜੇ ਉੱਥੇ ਬੋਰਡ ਲੱਗੇ ਹੋਏ ਸੀ ਕਿਸੇ ਨੇ ਨੇ ਧਿਆਨ ਦੇ ਨਾਲ ਪੜੇ ਜੇ ਜੋ ਤੁਹਾਡੇ ਤੱਕ ਇਹ ਗੱਲ ਪਹੁੰਚੀ ਤੁਸੀਂ ਉਹਨੂੰ ਧਿਆਨ ਦੇ ਨਾਲ ਦੇਖਿਆ ਵਿਚਾਰਿਆ ਪੜਿਆ ਉਸ ਵਕਤ ਕੀ ਕੁਝ ਫਾਈਂਡਿੰਗਸ ਤੁਹਾਡੇ ਦੁਆਰਾ ਕੀਤੀਆਂ ਗਈਆਂ ਜੀ ਕਿਉਂਕਿ ਸਾਰਿਆਂ ਤੋਂ ਸਾਨੂੰ ਜਿਹੜੀ ਗੰਭੀਰ ਗੱਲ ਇਹ ਲੱਗੀ ਕਿ ਗੁਰੂ ਨਾਨਕ ਸੱਚੇ ਪਾਸ਼ਾ ਉਹਨਾਂ ਦਾ ਜਿਹੜਾ ਕੰਪੈਰੀਜ਼ਨ ਨੇ ਆ ਉਹ ਚਾਹੇ ਜਾਣ ਕੇ ਹੋਇਆ ਚਾਹੇ ਉਹਨਾਂ ਤੋਂ ਗਲਤੀ ਨਾਲ ਜਾਣੇ ਚ ਹੋ ਗਿਆ ਉਹ ਫੂਲਨ ਦੇਵੀ ਡਾਕਟਰ ਅੰਬੇਦਕਰ ਨੌਦੀਪ ਕੋਰ ਗਣਿਤ ਸਿੰਘ 퍼ਗਸਿੰਗ ਉਹਨਾਂ ਨਾਲ ਉਸ ਲਾਈਨ ਚ ਗੁਰੂ ਨਾਨਕ ਸਾਹਿਬ ਦਾ ਵੀ ਵਿਤਰ ਹੋਇਆ ਔਰ ਇਹ ਸਿੱਖ ਕਦੀ ਬਰਦਾਸ਼ਤ ਨਹੀਂ ਕਰੇਗਾ ਜਿਹਦੀ ਨਾ ਇਹਦੀ ਇਹਦੀ ਪਰਸ ਹੈ ਉਹ ਐਗਜ਼ਿਬਿਸ਼ਨ ਦੀ ਉਹ ਇਸ ਤਰ੍ਹਾਂ ਲੱਗਦੀ ਹੈ ਕਿ ਜਿਹੜਾ ਕਾਡਾ ਦਲਿਤ ਭਾਈਚਾਰਾ ਆ ਉਹਦੇ ਮੋਢੇ ਤੇ ਰੱਖ ਕੇ ਚਲਾਈ ਗਈ ਹੈ। ਹਾਂ। ਔਰ ਇਹਦੇ ਵਿੱਚ ਜੱਟ ਪੰਜਾਬੀ ਦਾ ਨਾਮ ਲੈ ਕੇ ਸਿੱਖ ਨੂੰ ਨਿਸ਼ਾਨਾ ਬਣਾਇਆ ਗਿਆ। ਇਹਨਾਂ ਨੇ ਕੀਤੀਆਂ ਨੇ ਉਹ ਕਾਫੀ ਅੱਧੀ ਦਰਜਣ ਤੋਂ ਵੱਧ ਯੂਨੀਵਰਸਿਟੀਆਂ ਇਨਵੋਲਡ ਨੇ। ਏਦਾਂ ਤਾਂ ਨਹੀਂ ਮੈਂ ਕਹਿ ਸਕਦਾ ਕਿ ਉਹ ਪੜ੍ਹੇ ਲਿਖੇ ਹੈ ਨਹੀਂਗੇ। ਪਰ ਜੇ ਉਹਨਾਂ ਨੇ ਜਾਣ ਕੇ ਕੀਤਾ ਤਾਂ ਬਹੁਤ ਇਹ ਅੱਛੀ ਸ਼ਰਾਰਤ ਨਹੀਂ ਹੈਗੀ। ਜੇ ਅਣ ਜਾਣੇ ਛੋਇਆ ਫੇ ਵੀ ਉਹਨਾਂ ਦੀ ਜਿਹੜੀ ਲਿਆਕਤ ਹੈ ਉੱਤੇ ਸਵਾਲ ਖੜਾ ਹੋ ਜਾਂਦਾ ਜੀ ਫੈਡਰਲ ਗਵਰਨਮੈਂਟ ਤੋਂ ਇਹਦੀ ਫੰਡਿੰਗ ਹੋਈ ਹੋਈ ਆ ਕਿੰਨੇ ਦੀ ਹੋਈ ਹੋਈ ਆ ਜਿਹੜਾ ਬਰਨਵੀ ਵਿਲੇਜ ਮਿਊਜ਼ੀਅਮ ਦਾ ਫੇਸਬੁੱਕ ਆ ਉੱਥੇ ਸਵਾਲ ਕੀਤੇ ਹੋਏ ਨੇ ਲੋਕਾਂ ਨੇ ਕ੍ਰੈਡੀਅਨਸ ਨੇ ਵੀ ਸਾਨੂੰ ਭਾਈ ਦੱਸੋ ਵੀ ਜਿਹੜੀ ਇਹ ਜਿਹਨੂੰ ਤੁਸੀਂ ਓਵਰਪਾਸ ਕਹਿੰਦੇ ਹੋ ਪਰ ਇਹਨੂੰ ਪੜ੍ਹ ਕੇ ਇਦਾਂ ਲੱਗ ਰਿਹਾ ਸੀ ਇਹ ਕੈਸਟਿੰਗ ਸੋ ਇਹਦੀ ਫੰਡਿੰਗ ਕਿੰਨੇ ਕਰਵਾਈ ਆ ਕਿੰਨੇ ਦੀ ਕਰਵਾਈ ਆ ਅੱਪਰਟੂ ਉਸ ਖੇਤਰ ਚ ਜੋ ਆਇਆ तकरीबन ਚੌਥੀ ਪੰਜਵੀਂ ਜਨਰੇਸ਼ਨ ਇੱਥੇ ਰਹਿ ਰਹੀ ਆ ਔਰ ਕਾਫੀ ਕੇਸਿਸ ਚ ਬੱਚਿਆਂ ਦੇ ਇੱਕ ਦੂਜੇ ਨਾਲ ਰਿਸ਼ਤੇਦਾਰਾਂ ਹੋਈਆਂ ਹੋਈਆਂ ਨੇ ਬਿਲਕੁਲ ਅੱਜ ਕੱਲ ਤਾਂ ਕੋਈ ਦੇਖ ਹੀ ਨਹੀਂ ਰਿਹਾ ਨਾ ਦੇਖ ਹੀ ਨਹੀਂ ਰਿਹਾ ਸੋ ਜਦੋਂ ਤੁਸੀਂ ਇਹ ਗੱਲ ਕਰਦੇ ਹੋ ਅਸੀਂ ਇਹ ਵੀ ਨਹੀਂ ਕਹਿੰਦੇ ਕਿ ਕਿਸੇ ਨਾਲ ਕੋਈ ਤੱਕਾ ਨਹੀਂ ਹੋ ਰਿਹਾ ਜਾਂ ਹਿਸਟੋਰਿਕਲੀ ਨਹੀਂ ਹੋਇਆ ਉਹ ਤੇ ਅਸੀਂ ਰੈਕਨੋਲਜ ਕਰਦੇ ਆ ਪਰ ਤੁਸੀਂ ਇਹ ਦੇਖੋ ਵੀ ਇਹਦੇ ਚ ਫਿਰ ਜਦੋਂ ਵੈਸਾ ਸ਼ੁਰੂ ਹੋਣੀਆਂ ਨੇ ਫਿਰ ਕਿਦਾਂ ਪਰਵਾਹ ਟੁੱਟਣੇ ਆਪਾਂ ਨੂੰ ਪਿੱਛੇ ਨੂੰ ਖੜ ਕੇ ਦੇਖਣ ਦੀ ਲੋੜ ਹੈ ਕਿ ਕੀ ਲੋੜ ਪਈ ਕਿ ਜਿਹੜਾ ਚਮਕੀਲਾ ਆ ਉਹ ਨਾ ਤਾਂ ਕੈਨੇਡੀਅਨ ਸਿਟੀਜ਼ਨ ਹੈ ਉਹਦੀ ਫੋਟੋ ਉੱਥੇ ਕਿਉਂ ਲਾਈ ਗਈ ਹੈ ਉਹਨਾਂ ਨੂੰ ਕਿਉਂ ਇਹਦੇ ਵਿੱਚ ਕਿਹਾ ਗਿਆ ਕਿ ਉਹ ਜੱਟਾਂ ਦੀ ਧੀ ਸੀ ਔਰ ਇਸ ਕਰਕੇ ਉਹਨਾਂ ਨੂੰ ਮਾਰਿਆ ਗਿਆ ਕਿਉਂਕਿ ਜੱਟਾਂ ਨੂੰ ਇਹ ਪਸੰਦ ਨਹੀਂ ਸੀ ਕਿ ਉਹਦਾ ਵਿਆਹ ਜਿਹੜਾ ਦਲਿਤ ਨਾਲ ਹੋ ਰਿਹਾ ਹੈ ਸੰਤ੍ਰਿ ਵਿਦਾਸ ਨੇ ਉਹ 1267 ਚ ਉਹਨਾਂ ਦਾ ਜਨਮ ਲਿਖਿਆ ਹੋਇਆ ਮੈਂ ਹੋ ਸਕਦਾ ਮੈਂ ਵੀ ਗਲਤ ਹੋਵਾਂ ਪਰ ਮੇਰੀ ਜੱਜੋ 1376 ਦੇ ਆਲੇ ਦੁਆਲੇ ਉਹ ਉਹਨਾਂ ਦਾ ਜਨਮ ਹੈ ਸੋ 100 ਹਾਲ ਦਾ ਫਰਕ ਹੈ ਗੁਰੂ ਨਾਨਕ ਸੱਚੇ ਪਾਸ਼ਾ ਦੀ ਕੋਟ ਲਿਖੀ ਹੋਈ ਇੰਗਲਿਸ਼ ਚ ਜਿਹੜੀ ਲੱਭ ਨਹੀਂ ਰਹੀ ਕਿਤੇ ਵੀ ਬਈ ਗੁਰੂਗ੍ਰਾਮ ਸਾਹਿਬ ਚ ਕਿੱਥੋਂ ਪੇ ਕੀਤੀ ਆ ਕੋਟ ਇਹ ਇੰਨੀ ਰਿਸਰਚ ਹੋਈਆਂ ਨਾਮ ਕਿੰਨਾਂ ਨੂੰ ਮਤਲਬ ਨਾਮ ਵੀ ਲਿਖੇ ਗਏ ਆ ਉਹਨਾਂ ਦੇ ਉਹਨਾਂ ਨੂੰ ਕ੍ਰੈਡਿਟ ਵੀ ਦਿੱਤਾ ਗਿਆ ਪਰ ਉਸ ਤੋਂ ਬਾਅਦ ਕਿਸੇ ਨੇ ਕਿਸੇ ਤੋਂ ਪੁੱਛਿਆ ਨਹੀਂ ਗਿਆ ਕਿੰਤੂ ਨਹੀਂ ਕੀਤਾ ਗਿਆ ਤੁਹਾਨੂੰ ਕੀ ਲੱਗਦਾ ਹੈ ਕਿ ਇਹ ਸਾਰਾ ਇੰਨਾ ਵੱਡਾ ਤਾਮਜਾਮ ਹੋਇਆ ਤੇ ਉਸ ਤੋਂ ਬਾਅਦ ਕਿਸੇ ਤੋਂ ਓਕੇ ਰਿਪੋਰਟ ਵੀ ਨਹੀਂ ਲਈ ਗਈ ਜਿਹੜੇ ਚਮਕੀਲੇ ਦਾ ਆਪਾਂ ਜ਼ਿਕਰ ਕੀਤਾ ਉਹ ਉੱਥੇ ਲਿਖਿਆ ਇਟ ਇਜ਼ ਅ ਰੂਮਰ that ਚਮਕੀਲਾਸ ਵਾਈਫ ਵਾਸ ਸ਼ੀ ਬਿਲੋਂਗਸ ਟੂ ਅ ਜਾਟ ਫੈਮਲੀ ਹੈ ਨਾ ਤੁਸੀਂ ਇਦਾਂ ਦੀ ਫੈਡਰਲੀ ਫੰਡਡ ਐਗਰੀਗੇਸ਼ਨ ਚ ਰੂਮਰ ਆਫ ਆਹ ਥੋੜੀ ਫਲਾਉਂਗੇ ਉੱਥੇ ਤੁਸੀਂ ਫੈਕਟ ਦੀ ਗੱਲ ਬੋਲੋਗੇ ਸਿਕਰ ਸੰਝਾ ਟੀਵੀ ਮੈਂ ਹਾਂ ਤੁਹਾਡੇ ਨਾਲ ਅਰਸ਼ਦੀਪ ਤੇ ਤੁਹਾਡਾ ਸਾਰਿਆਂ ਦਾ ਪ੍ਰੋਗਰਾਮ ਖਾਸ ਮੁਲਾਕਾਤ ਦੇ ਵਿੱਚ ਸਵਾਗਤ ਹੈ ਇਸ ਪ੍ਰੋਗਰਾਮ ਦੇ ਵਿੱਚ ਖਾਸ ਮੁਲਾਕਾਤ ਹੋਣੀ ਹੈ ਤੇ ਖਾਸ ਗੱਲਬਾਤ ਵੀ ਹੋਣੀ ਹੈ ਜਦੋਂ ਅਸੀਂ ਆਇਡੈਂਟੀਟੀ ਦੀ ਗੱਲ ਕਰਦੇ ਹਾਂ ਅਸੀਂ ਰੇਸ ਦੀ ਗੱਲ ਕਰਦੇ ਹਾਂ ਅਸੀਂ ਐਂਟੀ ਰੇਸਿਜ਼ਮ ਦੀ ਗੱਲ ਕਰਦੇ ਹਾਂ ਓਵਰ ਕਾਸਟ ਦੀ ਗੱਲ ਕਰਦੇ ਹਾਂ ਤਾਂ ਬਹੁਤ ਸਾਰੀਆਂ ਰਿਸਰਚਸ ਹੋ ਰਹੀਆਂ ਨੇ ਬਹੁਤ ਸਾਰੀਆਂ ਯੂਨੀਵਰਸਿਟੀਆਂ ਬਹੁਤ ਸਾਰੀਆਂ ਮਿਊਜ਼ੀਅਮ ਬਹੁਤ ਚੀਜ਼ਾਂ ਬਣ ਰਹੀਆਂ ਨੇ ਪਰ ਥੋੜੇ ਜਿਹਾ ਟਾਈਮ ਪਹਿਲਾਂ ਸਾਡੇ ਅਸੀਂ ਕਵਰ ਵੀ ਕੀਤਾ ਸੀ ਅਸੀਂ ਤੁਹਾਡੇ ਤੱਕ ਇਹ ਕਵਰੇਜ ਲੈ ਕੇ ਵੀ ਆਏ ਸੀ ਕਿ ਬਰਨਬੀ ਦੇ ਵਿੱਚ ਇੱਕ ਵਿਲੇਜ ਮਿਊਜ਼ੀਅਮ ਬਣ ਰਿਹਾ ਤੇ ਉਸ ਵਿਲੇਜ ਮਿਊਜ਼ੀਅਮ ਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਰੱਖੀਆਂ ਗਈਆਂ ਨੇ ਜਿਹਨੂੰ ਓਵਰਕਾਸਟ ਦਾ ਜਿਹੜਾ ਨਾਮ ਦਿੱਤਾ ਗਿਆ ਪਰ ਉਸ ਤੋਂ ਬਾਅਦ ਜਿਵੇਂ ਜਿਵੇਂ ਇਹ ਗੱਲ ਸਾਹਮਣੇ ਆਈ ਜਿਸ ਤਰ੍ਹਾਂ ਦੇ ਨਾਲ ਕਮਿਊਨਿਟੀ ਦੇ ਵਿੱਚ ਇਹਨੂੰ ਪੜਿਆ ਗਿਆ ਇਹਨੂੰ ਵਿਚਾਰਿਆ ਗਿਆ ਤਾਂ ਦੇਖਿਆ ਗਿਆ ਕਿ ਕੀ ਇਹ ਸੱਚਮੁੱਚ ਓਵਰਕਾਸਟ ਦੀ ਗੱਲ ਕਰ ਰਹੀ ਕੀਤੀ ਜਾ ਰਹੀ ਹੈ ਕੀ ਇਹ ਸੱਚਮੁੱਚ ਅਪਲਿਫਟ ਕਰਨ ਦੀ ਗੱਲ ਕੀਤੀ ਜਾ ਰਹੀ ਹੈ ਕੀ ਇਹ ਸੱਚਮੁੱਚ ਇਹ ਗੱਲ ਕੀਤੀ ਜਾ ਰਹੀ ਹੈ ਕਿ ਅਸੀਂ ਸਾਰੇ ਇਕਾਂ ਜਾਂ ਫਿਰ ਇਹ ਪਾੜਾ ਵਧਾਉਣ ਦੀਆਂ ਗੱਲਾਂ ਕੀਤੀਆਂ ਜਾ ਰਹੀਆਂ ਨੇ ਕੀ ਇਹ ਸੱਚਮੁੱਚ ਜਿਹੜੀ ਗੱਲ ਕੀਤੀ ਗਈ ਆ ਉਹ ਰਿਸਰਚ ਦੇ ਆਧਾਰ ਦੇ ਉੱਤੇ ਕੀਤੀ ਗਈ ਹੈ ਸੱਚ ਦੇ ਆਧਾਰ ਤੇ ਉੱਤੇ ਕੀਤੀ ਗਈ ਹੈ ਕਿਸੇ ਤੋਂ ਇਹਦੀ ਸਹੀ ਵੀ ਪੁਆਈ ਗਈ ਹੈ ਜਾਂ ਨਹੀਂ ਜਾਂ ਫਿਰ ਫੰਡਿੰਗ ਦੇ ਲਈ ਸਭ ਕੁਝ ਕੀਤਾ ਗਿਆ ਇਹ ਸਾਰੀਆਂ ਚੀਜ਼ਾਂ ਦੀ ਜਦੋਂ ਨਿੱਕੀਆਂ-ਨਿੱਕੀਆਂ ਬਰੀਕੀਆਂ ਲੱਭੀਆਂ ਗਈਆਂ ਤਾਂ ਵੰਜਾਰਾ ਨੋਮੈਡਨਾ ਦੀ ਸੰਸਥਾ ਜਿਹੜੀ ਉਹ ਸਭ ਤੋਂ ਪਹਿਲਾਂ ਖੁੱਲ ਕੇ ਸਾਹਮਣੇ ਆਈ ਹੈ ਕਿ ਇਹ ਚੀਜ਼ਾਂ ਕਿਉਂ ਕਿਉਂ ਕੀ ਕਿੱਥੇ ਕਿਵੇਂ ਇਹ ਸਾਰੇ ਸਵਾਲ ਇਹਨਾਂ ਦੇ ਵੱਲੋਂ ਜਿਹੜੇ ਆ ਉਹਗੇ ਰੱਖੇ ਗਏ ਆ ਬੰਜਾਰਾ ਨੋਮੈਡ ਇਹ ਕੋਈ ਨਵੀਂ ਸੰਸਥਾ ਨਹੀਂ ਬਹੁਤ ਪੁਰਾਣੀ ਸੰਸਥਾ ਹੈ ਰਾਜ ਸਿੰਘ ਭੰਡਾਲ ਇਸ ਦੇ ਨਾਲ ਲੰਬੇ ਸਮੇਂ ਤੋਂ ਜੁੜੇ ਹੋਏ ਨੇ ਤੇ ਸਾਡੇ ਸਟੇਸ਼ਨ ਦੇ ਉੱਤੇ ਬਹੁਤ ਟਾਈਮ ਉਹ ਚਾਹੇ ਉਹ ਆਈ ਐਮ ਨਾਟ ਸਾਊਥ ਏਸ਼ੀਅਨ ਕੈਂਪੇਨ ਹੋਵੇ ਜਾਂ ਹੋਰ ਕੈਂਪੇਨਸ ਹੋਣ ਉਹਨਾਂ ਦੀ ਗੱਲ ਕਰਨ ਦੇ ਲਈ ਇੱਥੇ ਪਹੁੰਚਦੇ ਰਹਿੰਦੇ ਨੇ ਤੇ ਹੁਣ ਵੀ ਸਮਾਜ ਦੇ ਵਿੱਚ ਜੋ ਕੁਝ ਹੋ ਰਿਹਾ ਜਾਂ ਫਿਰ ਇਹ 뮤ਜ਼ੀਅਮ ਦੇ ਵਿੱਚ ਜਿਹੜਾ ਕੁਝ ਵੀ ਲਿਖਿਆ ਗਿਆ ਉਹਦਾ ਪੂਰਾ ਡੇਟਾ ਲੈ ਕੇ ਪਹੁੰਚੇ ਹੋਏ ਨੇ ਤੁਹਾਨੂੰ ਨਾਲ-ਨਾਲ ਅਸੀਂ ਦਿਖਾਵਾਂਗੇ ਕਿ ਇਹਨਾਂ ਦੇ ਕੋਲ ਪੂਰੇ ਵੱਡੇ-ਵੱਡੇ ਹੋਲਡਿੰਗਸ ਹੈਗੇ ਨੇ ਜਿਨ੍ਹਾਂ ਦੇ ਉੱਤੇ ਜਿਹੜਾ ਮਾਰਕ ਕੀਤਾ ਹੋਇਆ ਹੈ ਕਿ ਇਹ ਚੀਜ਼ਾਂ ਕੀ ਸਹੀ ਨੇ ਕੀ ਇਹ ਸਹੀ ਦਿਸ਼ਾਵਲੀ ਜਾ ਰਹੀਆਂ ਨੇ ਸਹੀ ਮੈਸੇਜ ਦੇ ਰਹੀਆਂ ਨੇ ਹੋਰ ਬਹੁਤ ਕੁਝ ਹੈ ਰਾਜ ਸਿੰਘ ਭੰਡਾਲ ਹੋਣੇ ਸਟੂਡੀਓ ਦੇ ਵਿੱਚ ਪਹੁੰਚੇ ਹੋਏ ਨੇ ਇਹਨਾਂ ਨੂੰ ਪੁੱਛਦੇ ਆ ਕਿ ਇਹ ਸਭ ਕੁਝ ਕੀ ਚੱਲ ਰਿਹਾ ਹੈ ਇਹਨਾਂ ਦਾ ਜਿਹੜਾ ਇਹ ਫਾਈਂਡਿੰਗਸ ਕਰਨ ਦਾ ਮਕਸਦ ਕੀ ਹੈ ਤੇ ਅੱਗੇ ਜਾ ਕੇ ਇਹਦਾ ਕੀ ਰਿਜ਼ਲਟ ਜਿਹੜਾ ਆਏਗਾ ਸੋ ਬਹੁਤ ਸਾਰੀਆਂ ਅੱਜ ਗੱਲਾਂ ਬਾਤਾਂ ਹੋਣੀਆਂ ਨੇ ਸਭ ਤੋਂ ਪਹਿਲਾਂ ਸਵਾਗਤ ਕਰ ਲੈਨੇ ਆ ਰਾਜ ਸਿੰਘ ਭੰਡਾਲ ਹੋਣਾ ਦਾ ਭੰਡਾਲ ਸਾਹਿਬ ਸਵਾਗਤ ਹੈ ਜੀ ਤੁਹਾਡਾ ਜੀ ਸਤਿ ਸ਼੍ਰੀ ਅਕਾਲ ਜੀ ਔਰ ਸਾਰੇ ਦੇਖਣ ਸੁਣਨ ਵਾਲਿਆਂ ਨੂੰ ਵੀ ਉਨਨੂ ਜਸਤਰੀ ਕਾਲ। ਥੈਂਕ ਯੂ ਤੁਹਾਡਾ ਜਦੋਂ ਵੀ ਕੋਈ ਏਦਾਂ ਦੀ ਗੱਲ ਹੁੰਦੀ ਹੈ ਤੁਸੀਂ ਹਮੇਸ਼ਾ ਅਵੇਅਰ ਕਰਦੇ ਆ ਕਮਿਊਨਿਟੀ ਨੂੰ ਅਵੇਅਰ ਕਰਦੇ ਆ ਲੋਕਾਂ ਨੂੰ ਅਵੇਅਰ ਕਰਦੇ ਆ ਤੇ ਸਾਡੇ ਤੱਕ ਵੀ ਪਹੁੰਚ ਕਰਦੇ ਆ ਜਦੋਂ ਵੀ ਕੋਈ ਇਸ ਤਰ੍ਹਾਂ ਦੀ ਕੈਂਪੇਨ ਇਸ ਤਰ੍ਹਾਂ ਦਾ ਕੁਝ ਵਿਸ਼ਾ ਸਾਹਮਣੇ ਆਉਂਦਾ ਤਾਂ ਤੁਸੀਂ ਸਟੂਡੀਓ ਦੇ ਵਿੱਚ ਪਹੁੰਚਦੇ ਆ ਤੇ ਸਾਨੂੰ ਵੀ ਮੌਕਾ ਮਿਲਦਾ ਕਈ ਚੀਜ਼ਾਂ ਜਾਣਨ ਦਾ। ਬਰਨਵੀ ਵਿਲੇਜ ਮਿਊਜ਼ੀਅਮ ਓਵਰਕਾਸਟ ਦੀ ਜਦੋਂ ਗੱਲ ਕਰਦੇ ਆ ਤਾਂ ਉੱਥੇ ਬੜੀ ਵੱਡੀ ਪ੍ਰਦਰਸ਼ਨੀ ਲੱਗੀ ਹੋਈ ਆ। ਉਹਨੂੰ ਬਹੁਤ ਵੱਡੇ ਪੱਦਰ ਤੇ ਉੱਤੇ ਉਹਦੀ ਜਿਹੜੀ ਆ ਆਪਾਂ ਕਹਿ ਸਕਦੇ ਹਾਂ ਰਿਬਨ ਕਟਾਈ ਓਪਨਿੰਗ ਜਿਹੜੀ ਆ ਉਹ ਕੀਤੀ ਗਈ ਤੇ ਬਹੁਤ ਸਿਆਸਤਦਾਨ ਉੱਥੇ ਪਹੁੰਚੇ ਹੋਏ ਸੀ ਕਮਿਊਨਿਟੀ ਦੇ ਲੋਕ ਪਹੁੰਚੇ ਹੋਏ ਸੀ ਪਰ ਮੈਨੂੰ ਲੱਗਦਾ ਨਹੀਂ ਕਿ ਜਿਹੜੇ ਉੱਥੇ ਬੋਰਡ ਲੱਗੇ ਹੋਏ ਸੀ ਕਿਸੇ ਨੇ ਨੇ ਧਿਆਨ ਦੇ ਨਾਲ ਪੜੇ ਜਦੋਂ ਤੁਹਾਡੇ ਤੱਕ ਇਹ ਗੱਲ ਪਹੁੰਚੀ ਤੁਸੀਂ ਉਹਨੂੰ ਧਿਆਨ ਦੇ ਨਾਲ ਦੇਖਿਆ ਵਿਚਾਰਿਆ ਪੜਿਆ ਉਸ ਤੋਂ ਬਾਅਦ ਕੀ ਕੁਝ ਫਾਈਂਡਿੰਗਸ ਤੁਹਾਡੇ ਦੁਆਰਾ ਕੀਤੀਆਂ ਗਈਆਂ ਜੀ ਜੀ ਆ ਅਸੀਂ ਜਦੋਂ ਉੱਥੇ ਉਹ ਐਗਜ਼ਿਬਿਸ਼ਨ ਦੇਖੀ ਨਾ ਉਹਦੇ ਵਿੱਚੋਂ ਜਿਹੜੀ ਸਾਰਿਆਂ ਤੋਂ ਸਾਨੂੰ ਜਿਹੜੀ ਗੰਭੀਰ ਗੱਲ ਇਹ ਲੱਗੀ ਕਿ ਗੁਰੂ ਨਾਨਕ ਸੱਚੇ ਪਾਸ਼ਾ ਉਹਨਾਂ ਦਾ ਜਿਹੜਾ ਕੰਪੈਰੀਜ਼ਨ ਹੈ ਉਹ ਚਾਹੇ ਜਾਣ ਕੇ ਹੋਇਆ ਚਾਹੇ ਉਹਨਾਂ ਤੋਂ ਗਲਤੀ ਨਾਲ ਜਾਣੇ ਜੋ ਗਿਆ ਉਹ ਫੂਲਨ ਦੇਵੀ ਡਾਕਟਰ ਅੰਬੇਦਕਰ ਨੌਦੀਪ ਕੋਰ ਗਿਆਨੀ ਦਿੱਤ ਸਿੰਘ ਪਗਸਿੰਘ ਉਹਨਾਂ ਨਾਲ ਉਸ ਲਾਈਨ 'ਚ ਗੁਰੂ ਨਾਨਕ ਸਾਹਿਬ ਦਾ ਵੀ ਜ਼ਿਕਰ ਹੋਇਆ ਔਰ ਇਹ ਸਿੱਖ ਕਦੀ ਬਰਦਾਸ਼ਤ ਨਹੀਂ ਕਰੇਗਾ ਜੀ ਕਿ ਜਿਹੜੇ ਸਾਡੇ ਪੈਗੰਬਰ ਨੇ ਉਹਨਾਂ ਦਾ ਜਿਹੜੇ ਬਾਕੀ ਰੈਵੋਲੂশনারੀ ਨੇ ਜਿਹੜੇ ਇਦਾਂ ਨੇ ਉਹਨਾਂ ਨਾਲ ਕੰਪੈਰੀਸ਼ਨ ਹੋਵੇ ਗੁਰੂ ਨਾਨਕ ਦੇਵ ਜੀ ਦਾ ਜੀਸਸ ਕ੍ਰਾਈਸ ਨਾ ਹੋ ਸਕਦਾ ਭਗਵਾਨ ਰਾਮ ਨਾ ਹੋ ਸਕਦਾ ਹਜ਼ਰਤ ਸਾਫ ਨਾ ਹੋ ਸਕਦਾ ਪਰ ਜਿਹੜੇ ਰੈਡੀਕਲ ਰੈਵੋਲੂশনারੀ ਨੇ ਚਾਹੇ ਅੰਬੇਦਕਰ ਸਾਹਿਬ ਨੇ ਚਾਹੇ ਫੂਲਨਦੇਵੀ ਆ ਉਹ ਉਹਨਾਂ ਨਾਲ ਨਹੀਂ ਹੋ ਸਕਦਾ ਏਸੀ ਤਰ੍ਹਾਂ ਉੱਥੇ ਇਹਦਾ ਜਿਹੜੀ ਨਾ ਇਹਦੀ ਇਹਦੀ ਪਲਸ ਹੈ ਉਸ ਐਕਸੀਬਿਸ਼ਨ ਦੀ ਉਹ ਇਸ ਤਰ੍ਹਾਂ ਲੱਗਦੀ ਹੈ ਕਿ ਜਿਹੜਾ ਸਾਡਾ ਦਲਿਤ ਭਾਈਚਾਰਾ ਆ ਉਦੇ ਮੋਢੇ ਤੇ ਰੱਖ ਕੇ ਚਲਾਈ ਗਈ ਆ ਹਮ ਔਰ ਇਹਦੇ ਵਿੱਚ ਜੱਟ ਪੰਜਾਬੀ ਦਾ ਨਾਮ ਲੈ ਕੇ ਸਿੱਖ ਨੂੰ ਨਿਸ਼ਾਨਾ ਬਣਾਇਆ ਗਿਆ ਸੋ ਜੇ ਦੀ ਆਪਾਂ ਇਹਨੂੰ ਇਹਦੀ ਪਲ ਸਮਝਣੀ ਹੋਵੇ ਹਮ ਸੋ ਜਿਹੜੇ ਉੱਥੇ ਕਿਉਂਕਿ ਜੇ ਆਪਾਂ ਕਿਸੇ ਚੀਜ਼ ਨੂੰ ਜਦੋਂ ਨਾ ਸਮਝਦੇ ਆ ਜੇ ਆਪਾਂ ਨੂੰ ਉਹਦੇ ਚਿੰਨ੍ਹ ਤੇ ਪ੍ਰਤੀਕ ਦੇਖਣੇ ਆਉਂਦੇ ਆ ਫਿਰ ਆਪਾਂ ਨੂੰ ਉਹਦੀ ਸਾਨਤ ਵੀ ਸਮਝ ਆ ਜਾਂਦੀ ਆ ਕਿ ਇਸ਼ਾਰਾ ਕੀ ਆ ਜਦੋਂ ਆਪਾਂ ਨੂੰ ਇਸ਼ਾਰਾ ਸਮਝ ਆ ਜਾਂਦਾ ਫਿਰ ਆਪਾਂ ਨੂੰ ਉਹਦਾ ਮਿਸਟਰੀ ਜਾਂ ਰਾਸ ਵੀ ਸਮਝ ਆ ਜਾਂਦਾ ਜੀ ਸੋ ਜਿਨ੍ਹਾਂ ਜਿਨ੍ਹਾਂ ਨੂੰ ਵੀ ਉਹ ਦੇਖਣਾ ਆਉਂਦਾ ਆ ਉਹਨਾਂ ਦੇ ਤਾਂ ਹੋਰੇ ਚੀਜ਼ਾਂ ਪਈਆਂ ਹੋਈਆਂ ਨੇ ਔਰ ਜਿਨ੍ਹਾਂ ਨੇ ਕੀਤੀਆਂ ਨੇ ਉਹ ਕਾਫੀ ਅੱਧੀ ਦਰਜਣ ਤੋਂ ਵੱਧ ਯੂਨੀਵਰਸਿਟੀਆਂ ਇਨਵੋਲਡ ਨੇ ਏਦਾਂ ਤਾਂ ਨਹੀਂ ਮੈਂ ਕਹਿ ਸਕਦਾ ਕਿ ਉਹ ਪੜ੍ਹੇ ਲਿਖੇ ਹੈ ਨਹੀਂ ਗਏ ਪਰ ਜੇ ਉਹਨਾਂ ਨੇ ਜਾਣ ਕੇ ਕੀਤਾ ਤਾਂ ਬਹੁਤ ਇਹ ਅੱਛੀ ਸ਼ਰਾਰਤ ਨਹੀਂ ਹੈਗੀ ਜੇ ਅਣਜਾਣੇ ਚ ਹੋਇਆ ਫੇ ਵੀ ਉਹਨਾਂ ਦੀ ਜਿਹੜੀ ਲਿਆਕਤ ਹੈ ਉੱਤੇ ਸਵਾਲ ਖੜਾ ਹੋ ਜਾਂਦਾ ਜੀ ਔਰ ਤੁਸੀਂ ਅਗੇਨ ਫੈਡਰਲ ਗਵਰਨਮੈਂਟ ਤੋਂ ਇਹਦੀ ਫੰਡਿੰਗ ਹੋਈ ਹੋਈ ਆ ਕਿੰਨੇ ਦੀ ਹੋਈ ਹੋਈ ਆ ਜਿਹੜਾ ਬਰਨਬੀ ਵਿਲੇਜ ਮਿਊਜ਼ੀਅਮ ਦਾ ਫੇਸਬੁੱਕ ਆ ਉੱਥੇ ਸਵਾਲ ਕੀਤੇ ਹੋਏ ਨੇ ਲੋਕਾਂ ਨੇ ਕ੍ਰੈਡੀਅਨਸ ਨੇ ਵੀ ਸਾਨੂੰ ਭਾਈ ਦੱਸੋ ਵੀ ਜਿਹੜੀ ਇਹ ਜਿਹਨੂੰ ਤੁਸੀਂ ਓਵਰਕੈਸ ਕਹਿੰਦੇ ਹੋ ਪਰ ਇਹਨੂੰ ਪੜ੍ਹ ਕੇ ਇਦਾਂ ਲੱਗ ਰhese ਹੈਟ ਕੈਸਟਿੰਗ ਸੋ ਇਹਦੀ ਫੰਡਿੰਗ ਕਿਹਨੇ ਕਰਵਾਈ ਆ ਕਿੰਨੇ ਦੀ ਕਰਵਾਈ ਆ ਔਰ ਇਹ ਟਰੈਵਲਿੰਗ ਐਗਜ਼ੀਬਿਸ਼ਨ ਬਣਨੀ ਆ ਜੀ ਓਕੇ ਔਰ ਇਹਦੇ ਵਿੱਚੋਂ ਹੀ ਇੱਕ ਜਿਹੜੇ ਜਿਹੜੇ ਇੰਟਰਵਿਊਜ਼ ਜਿਨ੍ਹਾਂ ਦਾ ਥੈਂਕ ਯੂ ਕੀਤਾ ਹੋਇਆ ਮੇਰੀ ਉਹਨਾਂ ਨਾਲ ਗੱਲ ਹੋਈ ਤੇ ਮੈਂ ਕਹਾਂ ਜੀ ਵੀ ਥੋੜੀ ਕੀ ਟ੍ਰੈਜੇਡੀ ਆ ਉਹ ਕਹਿੰਦੇ ਜੀ ਉਹਨਾਂ ਨੇ ਆਪਣੀ ਖੈਰ 트ਰੇਜੇਡੀ ਦੱਸੀ ਔਰ ਉਹਨਾਂ ਨੇ ਬਾਅਦ ਚ ਹੋਈ ਵੀ ਦੱਸਿਆ ਕਿ ਇਸ ਐਗਜ਼ੀਬਿਸ਼ਨ ਦਾ ਜਿਹੜਾ ਮੋਟਿਵ ਹੈ ਉਹ ਇਹ ਹੈ ਕਿ ਇਹ ਐਗਜ਼ੀਬਿਸ਼ਨ ਮਈ ਪਹਿਲੀ ਨੂੰ ਗੁਰਦੁਆਰਾ ਸਾਹਿਬ ਚ ਜਾਏਗੀ ਔਰ ਉੱਥੋਂ ਜਿਹੜੇ ਲਾਉਣ ਵਾਲੇ ਨੇ ਜਦੋਂ ਗੁਰਦੁਆਰਾ ਸਾਹਿਬ ਨੇ ਦੇਖਿਆ ਵੀ ਗੁਰੂ ਨਾਨਕ ਸਾਹਿਬ ਦਾ ਨਾਮ ਜਾਂ ਸਿੱਖੀ ਬਾਰੇ ਕੀ ਕੁਝ ਲਿਖਿਆ ਹੋਇਆ ਤੇ ਉਹ ਨਾ ਕਰਨਗੇ ਤੇ ਜਿਹੜੇ ਕਿਊਰੇਟਰ ਆ ਉਹ ਡਿਸਕ੍ਰਿਮੀਨੇਸ਼ਨ ਦਾ ਰੋਲਾ ਪਾਉਣਗੇ ਸੋ ਇਹ ਦੇਖੋ ਕਿੰਨਾ ਸੋਸਾਇਟੀ ਨੂੰ ਦੋ ਫਾੜ ਕਰਨ ਵਾਲੀ ਗੱਲ ਆ ਸਾਡਾ ਜਿਹੜਾ ਦਲਿਤ ਪਾਈਚਾਰਾ ਜੱਟ ਪਾਈਚਾਰਾ ਜਾਂ ਸਿੱਖ ਧਰਮ ਹੈ ਜਾਂ ਮੁਸਲਮ ਕੋਈ ਵੀ ਆਪਾਂ ਜਿਹੜੇ ਉਸ ਖੇਤੇ ਚੋਂ ਆਏ ਆ तकरीबन ਚੌਥੀ ਪੰਜਵੀਂ ਜਨਰੇਸ਼ਨ ਇੱਥੇ ਰਹਿ ਰਹੀ ਹੈ ਔਰ ਕਾਫੀ ਕੇਸਿਸ ਚ ਬੱਚਿਆਂ ਦੇ ਇੱਕ ਦੂਜੇ ਨਾਲ ਰਿਸ਼ਤੇਦਾਰਾਂ ਹੋਈਆਂ ਹੋਈਆਂ ਨੇ ਬਿਲਕੁਲ ਅੱਜ ਕੱਲ ਤਾਂ ਕੋਈ ਦੇਖ ਹੀ ਨਹੀਂ ਰਿਹਾ ਨਾ ਦੇਖ ਹੀ ਨਹੀਂ ਰਿਹਾ ਸੋ ਜਦੋਂ ਤੁਸੀਂ ਇਹ ਗੱਲ ਕਰਦੇ ਹੋ ਅਸੀਂ ਇਹ ਵੀ ਨਹੀਂ ਕਹਿੰਦੇ ਕਿ ਕਿਸੇ ਨਾਲ ਕੋਈ ਤੱਕਾ ਨਹੀਂ ਹੋ ਰਿਹਾ ਜਾਂ ਹਿਸਟੋਰਿਕਲੀ ਨਹੀਂ ਹੋਇਆ ਉਹ ਤੇ ਅਸੀਂ ਰੈਕਨੋਲਜ ਕਰਦੇ ਆ ਪਰ ਤੁਸੀਂ ਇਹ ਦੇਖੋ ਵੀ ਇਹਦੇ ਚ ਫਿਰ ਜਦੋਂ ਬੈਸਾਂ ਸ਼ੁਰੂ ਹੋਣੀਆਂ ਨੇ ਫਿਰ ਕਿਦਾਂ ਪਰਵਾਹ ਟੁੱਟਣੇ ਨੇ ਹੂੰ ਹੂੰ ਸੋ ਇਹ ਸਾਰੇ ਨੂੰ ਇਦਾਂ ਲੱਗ ਰਿਹਾ ਜਿਦਾ ਨਾ ਕਿਸੇ ਹੁਣ ਮੈਂ ਕੌਨਸਪੀਰੇਸੀ ਥਿਉਰੀ 'ਚ ਤਾਂ ਨਹੀਂ ਜਾਵਾਂਗਾ ਪਰ ਆਪਾਂ ਨੂੰ ਪਿੱਛੇ ਨੂੰ ਖੜ ਕੇ ਦੇਖਣ ਦੀ ਲੋੜ ਹੈ ਕਿ ਕੀ ਲੋੜ ਪਈ ਕਿ ਜਿਹੜਾ ਚਮਕੀਲਾ ਆ ਉਹ ਨਾ ਤਾਂ ਕੈਨੇਡੀਅਨ ਸਿਟੀਜ਼ਨ ਹੈ ਉਦੀ ਫੋਟੋ ਉੱਥੇ ਕਿਉਂ ਲਾਈ ਗਈ ਹੈ ਉਸ ਖਿੱਤੇ 'ਚ ਚਮਕੀਲੇ ਦੀ ਗੱਲ ਕਿਉਂ ਹੋ ਰਹੀ ਹੈ ਮੂਵੀ ਕਿਉਂ ਬਣ ਕੇ ਆਈ ਹੈ ਔਰ ਚਮਕੀਲੇ ਦੀ ਜਿਹੜੀ ਵਾਈਫ ਹੈ ਉਹ ਭੈਣ ਜੀ ਅਮਰਜੋਤ ਹੁਣੀ ਉਹਨਾਂ ਨੂੰ ਕਿਉਂ ਇਹਦੇ ਵਿੱਚ ਕਿਹਾ ਗਿਆ ਕਿ ਉਹ ਜੱਟਾਂ ਦੀ ਧੀ ਸੀਗੀ ਔਰ ਇਸ ਕਰਕੇ ਉਹਨਾਂ ਨੂੰ ਮਾਰਿਆ ਗਿਆ ਕਿਉਂਕਿ ਜੱਟਾਂ ਨੂੰ ਇਹ ਪਸੰਦ ਨਹੀਂ ਸੀ ਕਿ ਉਹਦਾ ਵਿਆਹ ਜਿਹੜਾ ਦਲਿਤ ਨਾਲ ਹੋਇਆ ਪਰ ਜਦੋਂ ਆਪਾਂ ਰਿਸਰਚ ਕਰਦੇ ਆ ਉਹਦੇ ਵਿੱਚ ਪਤਾ ਲੱਗਦਾ ਕਿ ਉਹ ਜੱਟਾਂ ਦੀ ਧੀ ਨਹੀਂ ਸੀਗੀ ਇਹ ਤਾਂ ਨਹੀਂ ਮੈਂ ਦੱਸਾਂਗਾ ਵੀ ਕਿਹੜਾਂ ਦੀ ਸੀਗੀ ਕਿਉਂਕਿ ਜੇ ਤੁਸੀਂ ਆਪਾਂ ਹਾਂ ਉਹ ਉਸੇ ਨਹੀਂ ਪੈਂਦੇ ਆਪਾਂ ਪਰ ਲੋੜ ਕੀ ਪੈ ਗਈ ਏਦਾਂ ਹੀ ਜਦੋਂ ਜਿਹੜੇ ਰਿਸਰਚ ਨੇ ਜਿਹੜੇ ਭਗਤ ਰਵਿਦਾਸ ਨੇ ਉਹ 1267 ਚ ਉਹਨਾਂ ਦਾ ਜਨਮ ਲਿਖਿਆ ਹੋਇਆ ਮੈਂ ਹੋ ਸਕਦਾ ਮੈਂ ਵੀ ਗਲਤ ਹੋਵਾਂ ਪਰ ਮੇਰੀ ਜਾਚ ਉਹ 1376 ਦੇ ਆਲੇ ਦੁਆਲੇ ਉਹ ਉਹਨਾਂ ਦਾ ਜਨਮ ਹੈ ਸੋ 100 ਸਾਲ ਦਾ ਫਰਕ ਹੈ ਜੀ ਫਿਰ ਇੱਕ ਗੁਨਾਨਕ ਸੱਚੇ ਪਾਸ਼ਾ ਦੀ ਕੋਟ ਲਿਖੀ ਹੋਈ ਇੰਗਲਿਸ਼ ਚ ਜਿਹੜੀ ਲੱਭ ਨਹੀਂ ਰਹੀ ਕਿਤੇ ਵੀ ਬਈ ਗੁਰੂ ਗ੍ਰੰਥ ਸਾਹਿਬ ਚ ਕਿੱਥੋਂ ਪੇ ਕੀਤੀ ਆ ਕੋਟ ਇਹ ਏਦਾਂ ਹੀ ਫਿਰ ਲਿਖਿਆ ਗਿਆ ਮਿਥ ਕਾਸਟ ਜਿਹੜੀ ਹੈਗੀ ਐ ਇਸ ਮਿਥ ਇਨ ਕੈਨੇਡਾ ਆਪਾਂ ਜਦੋਂ ਲਾਸਟ ਨੇਮ ਆਪਣੇ ਲਾਉਨੇ ਆ ਜੀ ਆਪਾਂ ਜਦੋਂ ਗੱਲ ਕਰਦੇ ਆ ਵੱਖਰੀ ਵੱਖਰੀ ਬਰਾਦਰੀਆਂ ਦੀ ਚਾਹੇ ਪਾਪਾ ਬਰਾਦਰੀ ਚਾਹੇ ਜੱਟ ਨੇ ਚਾਹੇ ਛੀਬੇ ਨੇ ਸਾਣੀ ਆਪਾਂ ਇਹ ਆਪਨੂੰ ਪਤਾ ਹੈ ਵੀ ਮੈਥ ਨਹੀਂ ਹੈਗੀ ਇਹ ਤਾਂ ਐਗਜ਼ਿਸਟ ਕਰਦੀ ਹੈ ਪਰ ਗੱਲ ਇਹ ਹੈ ਵੀ ਆਪਾਂ ਆਪਣੀ ਕਾਸਟ ਦਾ ਨਾਮ ਲੈ ਕੇ ਕਿਸੇ ਨਾਲ ਤੱਕਾ ਤਾਂ ਨਹੀਂ ਕਰ ਰਹੇ ਜੇ ਆਪਾਂ ਤੱਕਾ ਕਰ ਰਹੇ ਆ ਫੇ ਕਾਸਟ ਮਾੜੀ ਹੈ ਹੂੰ ਵੈਸੇ ਤਾਂ ਸਿੱਖੀ ਡੋਮੇਨ ਚ ਕਾਸਟ ਹੈ ਨਹੀਂਗੀ ਪਰ ਜਿਹੜੇ ਹੁਣ ਕੋਈ ਰੱਬ ਨੂੰ ਹੀ ਨਹੀਂ ਮੰਨਦਾ ਬੰਦਾ ਜੇ ਉਹ ਕਵੇ ਆਪਣੇ ਦੋਸਤ ਹੈਗੇ ਨੇ ਜੀ ਉਹ ਖੱਬੇ ਪੱਖੀ ਨੇ ਜਾਂ ਵੈਸੇ ਹੀ ਏਥੀ ਇਸਨੇ ਉਹ ਕਹਿੰਦੇ ਸੀ ਰਾਬੇ ਯਕੀਨ ਨਹੀਂ ਕਰਦੇ ਪਰ ਅਸੀਂ ਜੱਟ ਆ ਸਿੱਖ ਉਹਨਾਂ ਤੇ ਕਿਦਾਂ ਤੱਕਾ ਕਰ ਸਕਦਾ ਵੀ ਤੁਸੀਂ ਆਪਣੇ ਆਪ ਨੂੰ ਜੱਟ ਨਾ ਕਹੋ ਇਦਾਂ ਹੀ ਜਿਹੜਾ ਦਲਿਤ ਭਾਈਚਾਰਾ ਸਿੱਖ ਉਹਨਾਂ ਤੇ ਕਿਦਾਂ ਤੱਕਾ ਕਰ ਸਕਦਾ ਵੀ ਤੁਸੀਂ ਆਪਣੇ ਆਪ ਨੂੰ ਦਲਿਤ ਨਾ ਕਹੋ ਇਹ ਤਾਂ ਉਹਨਾਂ ਦਾ ਰਾਈਟ ਆ ਬਿਲਕੁਲ ਇਸੇ ਤਰ੍ਹਾਂ ਜਿਹੜੇ ਆਪਣੇ ਬਹੁਤ ਰਿਸਪੈਕਟਡ ਪਰਸਨੈਲਿਟੀ ਨੇ ਭਗਤ ਰਵਿਦਾਸ ਉਹ ਜਦੋਂ ਸਿੱਖ ਡੋਮੇਨ 'ਚ ਆਉਂਦੇ ਗੁਰੂ ਸਾਹਿਬ ਦਾ ਹੁਕਮ ਹੈ ਆ ਵੀ ਉਹ ਭਗਤ ਨੇ ਹਾਂ ਬਾਣੀ ਭਗਤਾਂ ਦੀ ਪੜਦੇ ਨੇ ਇਦਾਂ ਹੀ ਉਹ ਜਦੋਂ ਰਵਿਦਾਸ ਡੋਮੇਨ 'ਚ ਜਾਂਦੇ ਨੇ ਉਹਨਾਂ ਨੂੰ ਗੁਰੂ ਕਿਹਾ ਜਾਂਦਾ ਸੋ ਜੇ ਗੁਰੂ ਰਵਿਦਾਸ ਸਭਾ ਵੈਨਕੂਵਰਨ ਨੂੰ ਗੁਰੂ ਕਹਿੰਦੀ ਆ ਸਿੱਖ ਉਹਨਾਂ ਨੂੰ ਕਹਿ ਨਹੀਂ ਸਕਦੇ ਵੀ ਤੁਸੀਂ ਨਾ ਕਹੋ ਏਸੀ ਤਰ੍ਹਾਂ ਗੁਰੂ ਰਵਿਦਾਸ ਸਭਾ ਅਖਾਲੀ ਸਿੰਘ ਉਹ ਦੁਆਰਾ ਜਾਂ ਕਿਸੇ ਹੋਰ ਗੁਰਦਾਰੇ ਨੂੰ ਕਹਿ ਨਹੀਂ ਸਕਦੀ ਵੀ ਜੀ ਤੁਸੀਂ ਸਾਡੇ ਗੁਰੂ ਨੂੰ ਤੁਸੀਂ ਵੀ ਗੁਰੂ ਕਹੋ ਸਿੱਖਾਂ ਲਈ 10 ਗੁਰੂ ਨੇ 11ਵਾਂ ਗੁਰੂ ਗ੍ਰੰਥ ਸਾਹਿਬ ਨੇ ਉਹਦੇ ਤੋਂ ਛੋਟਾ ਕੋਈ ਗੁਰੂ ਹੈ ਨਹੀਂਗਾ 나ਹੀਂ ਅਸੀਂ ਕੋਈ ਬਣ ਸਕਦਾ 나ਹੀਂ ਅਸੀਂ ਇਹਨੂੰ ਬਰਦਾਸ਼ਤ ਕਰਾਂਗੇ ਇੱਥੇ ਗੱਲ ਸਹੀ ਦੀ ਨਹੀਂ ਗੱਲ ਪਹੇ ਦੀ ਆ ਬਿਲਕੁਲ ਬਿਲਕੁਲ ਬੀ ਇਹ ਹੈ ਕਿ ਜਦੋਂ ਪਿਰਤ ਪੈਣੀ ਸ਼ੁਰੂ ਹੋ ਜੇ ਨਾ ਤੇ ਫਿਰ ਉਹਨੂੰ ਹਟਾਇਆ ਨਹੀਂ ਜਾ ਸਕਦਾ ਜੀ 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 ਜਦੋਂ ਇਹ ਸ਼ੁਰੂ ਹੋ ਗਿਆ ਤੇ ਇਹਨੂੰ ਕਿਤੇ ਨਾ ਕਿਤੇ ਸਟਾਪ ਕਰਨ ਦੀ ਲੋੜ ਸੀ ਪਰ ਮਨਾਲ ਸਾਹਿਬ ਜਦੋਂ ਅਸੀਂ ਇਹ ਦੇਖਦੇ ਆ ਕਿ ਇੰਨੀਆ ਰਿਸਰਚ ਹੋਈਆਂ ਨਾਮ ਕਿੰਨਾ ਨੂੰ ਮਤਲਬ ਨਾਮ ਵੀ ਲਿਖੇ ਗਏ ਆ ਉਹਨਾਂ ਦੇ ਉਹਨਾਂ ਨੂੰ ਕ੍ਰੈਡਿਟ ਵੀ ਦਿੱਤਾ ਗਿਆ ਪਰ ਉਸ ਤੋਂ ਬਾਅਦ ਕਿਸੇ ਨੇ ਕਿਸੇ ਤੋਂ ਪੁੱਛਿਆ ਨਹੀਂ ਗਿਆ ਕਿੰਤੂ ਨਹੀਂ ਕੀਤਾ ਗਿਆ ਤੁਹਾਨੂੰ ਕੀ ਲੱਗਦਾ ਹੈ ਕਿ ਇਹ ਸਾਰਾ ਇੰਨਾ ਵੱਡਾ ਤਾਮਜਾਮ ਹੋਇਆ ਤੇ ਉਸ ਤੋਂ ਬਾਅਦ ਕਿਸੇ ਤੋਂ ਓਕੇ ਰਿਪੋਰਟ ਵੀ ਨਹੀਂ ਲਈ ਗਈ ਅਹੀ ਅਸੀਂ ਸਵਾਲ ਕੀਤਾ ਜੀ ਅਸੀਂ ਦੋਸਤਾਂ ਨੇ ਕੁਝ ਦੋਸਤਾਂ ਨੇ ਇਕੱਠੇ ਹੋ ਕੇ ਨਾ ਇੱਕ ਲਿਟੀਗੇਸ਼ਨ ਫਰਮ ਹਾਇਰ ਕੀਤੀ ਹੈ ਡਾਊਨ ਟਾਊਨ ਔਰ ਉਹਨਾਂ ਨੇ ਸਵਾਲ ਕੀਤੇ ਨੇ ਜਿੰਨੀਆਂ ਯੂਨੀਵਰਸਿਟੀਆਂ ਨੇ ਤੇ ਇੱਕ ਪੋਲੀਟਿਸ਼ੀਅਨ ਨੂੰ ਸਵਾਲ ਹੋਇਆ ਵੀ ਇਹ ਜਿਹੜੀ ਐਗਜ਼ੀਬਿਸ਼ਨ ਹੋਈ ਆ ਜਦੋਂ ਫਾਈਨਲ ਇਹਦੀ ਰੂਪਰੇਖਾ ਹੋਈ ਯੂਨੀਵਰਸਿਟੀਆਂ ਨੇ ਕਿਦਾਂ ਸਟੈਂਪ ਲਾਈ ਆ ਉਹਦੇ ਉੱਪਰ ਮਲੋ ਦਾ ਕੋਈ ਤਾਂ ਪ੍ਰੋਸੈਸ ਹੋਏਗਾ ਨਾ ਹੁਣ ਜੇ ਕੋਈ ਇੰਟੈਲੈਕਚੁਅਲਸ ਨੇ ਅਕਾਡੈਮਿਕਸ ਨੇ ਜਿਹੜੇ ਜਿਨ੍ਹਾਂ ਨੇ ਇਹ ਗ੍ਰਾਂਟ ਲੈਣੀ ਸੀ ਜਾਂ ਉਹਦੇ ਵਿੱਚ ਉਹਨਾਂ ਨੇ ਐਗਜ਼ੀਬਿਸ਼ਨ ਲਾ ਕੇ ਯੂਨੀਵਰਸਿਟੀਆਂ ਦੇ ਨਾਮ ਲਿਖ ਦਿੱਤੇ ਆ ਸੋ ਹੁਣ ਇਹ ਪਤਾ ਨਹੀਂ ਵੀ ਉਹਨਾਂ ਯੂਨੀਵਰਸਿਟੀਆਂ ਨੂੰ ਵੀ ਪਤਾ ਹੈਗਾ ਕਿ ਨਹੀਂ ਹੈਗਾ ਕਿ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਦਾ ਨਾਮ ਇਦਾਂ ਲਿਖਿਆ ਗਿਆ ਜਾਂ ਜਿਹੜੀ ਜਿਹੜੀ ਚਮਕੀਲੇ ਦਾ ਆਪਾਂ ਜ਼ਿਕਰ ਕੀਤਾ ਉਹ ਉੱਥੇ ਲਿਖਿਆ ਇਟ ਇਜ਼ ਅ ਰੂਮਰ ਥੈਟ ਚਮਕੀਲਾਸ ਵਾਈਫ ਵਾਸ ਸ਼ੀ ਬਿਲੋਂਗਸ ਟੂ ਅ ਜੱਟ ਫੈਮਿਲੀ ਹੈ ਨਾ ਤੁਸੀਂ ਇਦਾਂ ਦੀ ਫੈਡਰਲੀ ਫੰਡਡ ਐਗਜ਼ੀਬਿਸ਼ਨ 'ਚ ਰੂਮਰ ਆਫਾ ਥੋੜੀ ਫਲਾਉਂਗੇ ਉਥੇ ਤੁਸੀਂ ਫੈਕਟ ਦੀ ਗੱਲ ਕਰੋਗੇ ਹਨਾ ਜਿੱਦਾਂ ਆਪਾਂ ਕਹਿੰਦੇ ਹਾਂ ਯੂ ਕੈਨ ਯੂ ਆਰ ਅਲੋਡ ਟੂ ਹੈਵ ਯੂਰ ਓਨ ਫੀਲਿੰਗਸ ਬਟ ਨਾਟ ਫੈਕਟਸ ਸੋ ਫੈਕਟ ਦੀ ਗੱਲ ਹੋਣੀ ਚਾਹੀਦੀ ਹੈ ਉਥੇ ਸੋ ਅਗੇਨ ਜਿੱਦਾਂ ਮੈਂ ਪਹਿਲਾ ਜ਼ਿਕਰ ਕੀਤਾ ਸੀ ਵੀ ਜਿਹੜੇ ਚਿੰਨ ਨੇ ਪ੍ਰਤੀਕ ਨੇ ਜਿਨ੍ਹਾਂ ਨੂੰ ਦੇਖਣੇ ਆਉਂਦੇ ਨੇ ਜਾਂ ਜਿਹੜੇ ਉਹਦੇ ਤੇ ਸ਼ਤਾਨੀ ਵੀ ਕਰ ਸਕਦੇ ਆ ਵੀ ਅਸੀਂ ਇਦਾਂ ਦੇ ਚਿੰਨ ਪ੍ਰਤੀਕ ਲਵਾ ਕੇ ਇਦਾਂ ਦੀ ਸਨਤ ਮਾਰ ਕੇ ਇਦਾਂ ਦਾ ਰਹਾਸ ਕ੍ਰੀਏਟ ਕਰਨਾ ਆ ਫਿਰ ਉਹ ਲੋਕੀ ਸ਼ਤਾਨੀ ਵੀ ਕਰ ਦੇਣ ਅਸੀਂ ਆਫ 에ਅਰ ਵੀ ਗੱਲ ਕਰ ਰਹੇ ਸੀ ਕਿ ਹੁਣ ਮੰਨ ਲਓ ਕਿ ਮੈਂ ਆਪਣੀ ਕਮਿਊਨਿਟੀ ਤੋਂ ਬਿਲੋਂਗ ਨਹੀਂ ਕਰਦੀ ਹੁਣ ਮੈਂ ਜਾ ਕੇ ਐਗਜ਼ਿਬਿਸ਼ਨਰ ਚਾ ਨਾਲ ਦੇਖਣ ਗਈਆਂ ਕਿ ਇੱਥੇ ਐਗਜ਼ਿਬਿਸ਼ਨ ਲੱਗੀ ਹੈ ਇੱਥੇ ਮੈਨੂੰ ਜੱਟਾਂ ਬਾਰੇ ਸਿੱਖਾਂ ਬਾਰੇ ਜਾਂ ਫਿਰ ਮੈਨੂੰ ਇਹ ਓਵਰਕਾਸਟ ਬਾਰੇ ਪਤਾ ਲੱਗੂਗਾ ਮੈਂ ਪੜ੍ਹੂ ਤਾਂ ਮੈਨੂੰ ਲੱਗਦਾ ਇਹੀ ਫੈਕਟ ਹੈ ਤੇ ਮੈਂ ਉਹਦੇ ਤੇ ਵਿਸ਼ਵਾਸ ਕਰ ਲੈਣਾ ਮੈਂ ਚਾਰਨ ਨੂੰ ਹੋਰ ਅੱਗੇ ਜਾ ਕੇ ਦੱਸਣਾ ਸੋ ਇਹ ਇਹੋ ਜੀ ਨਾਦਾਨੀ ਜਿਵੇਂ ਕਹਿ ਸਕਦੇ ਆ ਸ਼ੈਤਾਨੀ ਕਹਿ ਸਕਦੇ ਆ ਜਾਂ ਅਣਜਾਣੇ ਚ ਕੀਤਾ ਕੰਮ ਕਹਿ ਸਕਦੇ ਆ ਸੋ ਇੰਨੀ ਵੱਡੀ ਜੇ ਫੰਡਿੰਗ ਹੋਈ ਹੈ ਇੰਨੇ ਵੱਡੇ ਲੈਵਲ ਦੇ ਉੱਤੇ ਇਹਨੂੰ ਪ੍ਰਚਾਰਿਆ ਜਾ ਰਿਹਾ ਇਹਦੀ ਡਬਲ ਚੈੱਕ ਜਿਹੜਾ ਉਹ ਹੋਣਾ ਚਾਹੀਦਾ ਸੀ ਡਬਲ ਮਾਰਕ ਜਿਹੜਾ ਇਹਦਾ ਹੋਣਾ ਚਾਹੀਦਾ ਸੀ ਇਹਦੇ ਵਿੱਚ ਜਦੋਂ ਤੁਹਾਡੇ ਹੋਲਡਿੰਗ ਜਿਹੜੇ ਆਪਾਂ ਨਾਲ-ਨਾਲ ਸਾਡੀ ਵਿਊਅਰਸ ਨੂੰ ਦਿਖਾ ਵੀ ਰਹੇ ਹੈਗੇ ਆ ਸੋ ਉਹ ਸਾਰੇ ਹੋਲਡਿੰਗ ਜਿਹੜੇ ਤੁਸੀਂ ਪ੍ਰਿੰਟ ਕੀਤੇ ਆ ਜਿਹੜੇ ਉੱਥੇ ਮਿਊਜ਼ੀਅਮ ਦੇ ਵਿੱਚ ਲੱਗੇ ਉਹਦੇ ਵਿੱਚ ਤੁਸੀਂ ਦੇਖੋ ਹੀਰਾਂਜਸ ਅਸੀਂ ਪੂਨੂ ਦੀ ਵੀ ਗੱਲ ਕੀਤੀ ਜੀ 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 ਉਹ ਉਹਦੇ ਵਿੱਚ ਇਹ ਜ਼ਿਕਰ ਕੀਤਾ ਗਿਆ ਜੀ ਵੀ ਇਹ ਕਾਸ ਤੋਂ ਉੱਪਰ ਉੱਠ ਕੇ ਔਰ ਇਹਨਾਂ ਦੀ ਜਿਹੜੀ ਮੁਹੱਬਤ ਇੰਨੀ ਪਾਕ ਸੀਗੀ ਕਿ ਅੱਜ ਦੀ ਤਰੀਕੇ ਚ ਜੇ ਰੋਮੀ ਜੁਲੀਟ ਦੇਖਣ ਤਾਂ ਉਹਨਾਂ ਨੂੰ ਵੀ ਸ਼ਰਮ ਆ ਜਾਵੇ ਵੀ ਇੰਨੀ ਪਾਕ ਮੁਹੱਬਤ ਹੁਣ ਉਹ ਉਹ ਸਾਰੇ ਜੱਟ ਤਾਂ ਸੀਗੇ ਨਹੀਂ ਵੱਖਰੀ ਵੱਖਰੀਆਂ ਬਰਾਦਰੀਆਂ ਦੀ ਸੀਗੇ ਪਰ ਉਹਨਾਂ ਚ ਕੋਈ ਵੀ ਇੱਕ ਸਿੱਖ ਹੈ ਨਹੀਂਗਾ ਔਰ ਅਗੇਨ ਮੈਨੂੰ ਕਰੈਕਟ ਕਰਿਓ ਮੇਰੀ ਜਾਚੇ ਉਹ ਸਾਰੇ ਮੁਸਲਮਾਨ ਭਾਈਚਾਰਾ ਜਿਹੜਾ ਰਿਸਪੈਕਟਡ ਹੈ ਆਪਣਾ ਉਹਦੇ ਨਾਲ ਸੰਬੰਧਤ ਨਹੀਂ ਇਹ ਹੋਦਾ ਦੇ ਉਹਨਾਂ ਚ ਕੋਈ ਤਰ੍ਹਾਂ ਦਾ ਨਾਮ ਵੀ ਮੰਨਦੇ ਹੋਣ ਪਰ ਉੱਥੇ ਜਦੋਂ ਜਿੱਥੇ ਤੁਸੀਂ ਸਿੱਖ ਲਿਖਦੇ ਹੋ ਜਿੱਥੇ ਵਰਨ ਸਿਸਟਮ ਦੀ ਗੱਲ ਕਰਦੇ ਹੋ ਉੱਥੇ ਤੁਸੀਂ ਦੱਸੋ ਵੀ ਇਹ ਕਿਹੜੇ ਪਾਈਚਾਰਿਆਂ ਨਾਲ ਬਿਲੋਂਗ ਕਰਦੇ ਨੇ ਜਦੋਂ ਤੁਸੀਂ ਇੱਕ ਨਿਸ਼ਾਨਾ ਮਿੱਥ ਲੈਨੇ ਹੋ ਵੀ ਦਲਿਤ ਦੇ ਮੋਢੇ ਤੇ ਰੱਖ ਕੇ ਆਹਾ ਹਾ ਸਿਰਫ ਹੁੰਢਣੇ ਆ ਸੀ ਫਿਰ ਤੁਹਾਡਾ ਸਾਰਾ ਟਰਨਲ ਵਿਜ਼ਨ ਹੋ ਜਾਂਦਾ ਵੀ ਸੀ ਕਿੱਦਾਂ ਸੁੱਟਣਾ ਆ ਪਰ ਜਿਹੜੀ ਦੁੱਖ ਦੀ ਗੱਲ ਇਹ ਆ ਕਿ ਯੂਨੀਵਰਸਿਟੀਜ਼ ਇਨਵੋਲਵਡ ਨੇ ਫੈਡਰਲ ਆਪਣੀ ਗਵਰਨਮੈਂਟ ਇਨਵੋਲਡ ਆ ਔਰ ਜਦੋਂ ਗਵਰਨਮੈਂਟ ਫੰਡਿੰਗ ਕਰਦੀ ਹੈ ਉਹ ਬੜੀ ਸੁਹੇਰਦ ਹੁੰਦੀ ਆ ਉਹ ਚਾਹੁੰਦੀ ਹੈ ਵੀ ਰੇਸਿਜ਼ਮ ਦੇ ਖਿਲਾਫ ਗੱਲ ਹੋਵੇ ਹੁਣ ਜੇ ਇਹੀ ਐਗਜ਼ੀਬਿਸ਼ਨ 'ਚ ਇਹ ਲਿਖਿਆ ਹੁੰਦਾ ਵੀ ਆਈਐਸ ਬਰਾਦਰੀ ਦੇ ਕੁਝ ਲੋਕਾਂ ਨੇ ਦਲਿਤਾਂ ਨਾਲ ਤੱਕਾ ਕੀਤਾ ਐਸ ਧਰਮ ਦੇ ਕੁਝ ਲੋਕਾਂ ਨੇ ਤੱਕਾ ਕੀਤਾ ਤੇ ਐਜ਼ ਅ ਸਿੱਖ ਆਪਾਂ ਜਾ ਕੇ ਨਾਲ ਖੜਾਂਗੇ ਅਸੀਂ ਕਵਾਂਗੇ ਵੀ ਤੁਹਾਡੇ ਨਾਲ ਤੱਕਾ ਹੋਇਆ ਤੁਸੀਂ ਨਾਲ ਖੜਾਂਗੇ ਪਰ ਜੇ ਇਸ ਮੁਲਕ 'ਚ ਆਪਾਂ ਕਿਸੇ ਵੀ ਰਿਲੀਜੀਅਨ ਨੂੰ ਕੈਸ ਨੂੰ ਕ੍ਰੀਡ ਨੂੰ ਸਟਿਓ ਟਾਈਪ ਨਹੀਂ ਕਰ ਸਕਦੇ ਇੱਕ ਰੇਸਿਸ ਸਟੇਟਮੈਂਟ ਬਲੈਂਕਟ ਸਟੇਟਮੈਂਟ ਨਹੀਂ ਦੇ ਸਕਦੇ ਉਹ ਬੇਸਿਕਲੀ ਉਹ ਹੇਟ ਸਟੇਟਮੈਂਟ ਹੈ ਉਹ ਜ ਜੇ ਤੁਸੀਂ ਇਹ ਕਹਿੰਦੇ ਹੋ ਵੀ ਸਿੱਖਾਂ ਨੇ ਕੀਤਾ ਜੱਟਾਂ ਨੇ ਕੀਤਾ ਪੰਜਾਬੀਆਂ ਨੇ ਕੀਤਾ ਦੈਟ ਮੀਨਸ ਇਟ ਹੈਟ ਕੈਸਟਿੰਗ ਕਰ ਰਹੇ ਹੋ ਇਸ ਦਾ ਇੱਕ ਇੱਕ ਬ੍ਰਸ਼ਣ ਵਾਲੀ ਗੱਲ ਕਰ ਰਹੇ ਇੱਕ ਬ੍ਰਸ਼ਣਾ ਔਰ ਆਪਾਂ ਵੈਸੇ ਆਮ ਇਹ ਗੱਲ ਕਰਦੇ ਆਂ ਕਿ ਆਪਾਂ ਨੂੰ ਸਟੀਰੀਓਟਾਈਪਿੰਗ ਨਹੀਂ ਕਰਨੀ ਚਾਹੀਦੀ ਆਮ ਇਹ ਗੱਲ ਹੋ ਰਹੀ ਹੈ ਇਹ ਯੂਨੀਵਰਸਿਟੀਆਂ 'ਚ ਵੀ ਹੋ ਰਹੀ ਹੈ ਆਪਣੇ ਰਿਲੀਜੀਅਸ ਅਧਾਰਾਂ 'ਚ ਵੀ ਸਕੂਲਾਂ 'ਚ ਵੀ ਬੱਚਿਆਂ ਨੂੰ ਵੀ ਸਿਖਾਇਆ ਜਾ ਰਿਹਾ ਪਰ ਜਿਹੜੀ ਚੀਜ਼ ਸਿਖਾਈ ਜਾ ਰਿਹਾ ਉਹਦੇ ਤੁਸੀਂ ਉਲਟ ਵਗ ਰਹੇ ਹੋ ਸੋ ਐਸੀ ਮੈਂ ਜਿਹੜੀ ਇਹ ਗੱਲ ਕਰ ਰਿਹਾ ਵੰਜਾਰਾ ਵੱਲੋਂ ਉਹ ਐਜ਼ ਅਕਾਡੈਮਿਕ ਨਹੀਂ ਗੱਲ ਕਰ ਰਿਹਾ ਉਹ ਮੈਂ ਐਜ਼ ਅ ਟੈਕਸਪੀਅਰ ਗੱਲ ਕਰ ਰਿਹਾ ਕਿਉਂਕਿ ਸਾਡੇ ਕੋਲ ਤਾਂ ਕੋਈ ਡਿਗਰੀ ਹੈ ਨਹੀਂ ਨਾ ਹੀ ਅਸੀਂ ਕੋਈ ਗ੍ਰਾਂਟ ਲੈਣੀ ਆ ਨਾ ਹੀ ਕਿਸੇ ਤੋਂ ਡੋਨੇਸ਼ਨ ਲੈਣਾ ਆ ਪਰ ਸਾਡੇ ਗੁਰੂ ਸਾਹਿਬ ਦਾ ਨਾਮ ਤੁਸੀਂ ਇਦਾਂ ਉਹ ਉਹਨਾਂ ਦੇ ਅਦਬ ਦੇ ਖਿਲਾਫ ਕੋ ਗੱਲ ਨਹੀਂ ਹੋ ਸਕਦੀ ਉਹ ਅਸੀਂ ਨਹੀਂ ਬਰਦਾਸ਼ਤ ਕਰਾਂਗੇ ਬਿਲਕੁਲ ਸਾਡਾ ਸਵਾਲ ਇਹ ਹੈ ਜੀ ਜੀ ਕਿਉਂਕਿ ਜਦੋਂ ਅਸੀਂ ਸਮਾਜਵਾਦ ਦੀ ਗੱਲ ਕਰਦੇ ਆ ਨਸਲਵਾਦ ਦੀ ਗੱਲ ਕਰਦੇ ਆ ਇਹ ਵਰਡਸ ਨੂੰ ਹੀ ਜਿਹੜਾ ਘੁਮਾਫਰਾ ਕੇ ਪੇਸ਼ ਕੀਤਾ ਜਾਂਦਾ ਤੁਸੀਂ ਦੇਖੋ ਜੀ ਜਦੋਂ ਇੱਕ ਸਿੱਖ ਨੂੰ ਪੁੱਛਿਆ ਜਾਂਦਾ ਕਿ ਤੁਸੀਂ ਕਾਸਟ 'ਚ ਯਕੀਨ ਕਰਦੇ ਹੋ ਤਾਂ ਸਿੱਖ ਦਾ ਜਵਾਬ ਹੁੰਦਾ ਮੈਂ ਨਹੀਂ ਕਰਦਾ ਉਹ ਕਹਿੰਦੇ ਜੀ ਫਿਰ ਤੁਸੀਂ ਜਟਵਾਦ ਦੇ ਖਿਲਾਫ ਬੋਲੋਗੇ ਉਹਨੂੰ ਕਹਿਣਾ ਪੈਂਦਾ ਹਾਂ ਜੀ ਬੋਲਾਂਗੇ ਹੈਨਾ ਹੁਣ ਜਿਹੜਾ ਵਾਦ ਲਫ਼ਜ਼ ਆ ਕਿਉਂਕਿ ਮੈਂ ਵੈਸੀ ਸੋਚ ਰਿਹਾ ਸੀ ਇਹਦੇ ਬਾਰੇ ਹਮ ਵਾਦ ਲਫ਼ਜ਼ ਬਾਈਟਸੈਲਫ ਤੁਸੀਂ ਮੈਨੂੰ ਦੱਸੋ ਵੀ ਮਾੜਾ ਆ ਕਿ ਚੰਗਾ ਆ ਜਦੋਂ ਆਪਾਂ ਕਹਿੰਦੇ ਆ ਸਮਾਜਵਾਦ ਸੋਸ਼ਲਿਜ਼ਮ ਉਹ ਕੋਈ ਮਾੜਾ ਥੋੜੀ ਸ਼ਬਦ ਹੈ ਜੀ ਰਮਾਨਵਾਦ ਮਾੜਾ ਸ਼ਬਦ ਹੈ ਨਹੀਂ ਪਰ ਜਿਹੜਾ ਸ਼ਬਦ ਪਹਿੜਾ ਪਹਿਲਾਂ ਲੱਗਦਾ ਜਿਹਦਾ ਮੰਨੂਵਾਦ ਆ ਜੇ ਮੰਨੂ ਨੇ ਸਿਮਰਤੀਆਂ ਲਿਖੀਆਂ ਹੋਈਆਂ ਨੇ ਇਸੇ ਕਰਕੇ ਮੰਨੂਵਾਦ ਮੜ ਆ ਜੀ ਜੀ ਪਰ ਜ਼ਰੂਰੀ ਨਹੀਂ ਹੈਗਾ ਵੀ ਮੈਂ ਕਹਾਂ ਜੀ ਵਾਦ ਸਾਰੇ ਮਾੜੇ ਹੁੰਦੇ ਹੁਣ ਸਮਾਜਵਾਦ ਵੀ ਮਾੜਾ ਆ ਇਦਾਂ ਥੋੜੀ ਆ ਸੋ ਜ਼ਰੂਰੀ ਨਹੀਂ ਹੈਗਾ ਵੀ ਜਿਹਦੇ ਪਿੱਛੇ ਤੁਸੀਂ ਵਾਦ ਲਾ ਦੋ ਉਹ ਉਹ ਕਨਸੈਪਟ ਮਾੜਾ ਹੋਵੇ ਉਹ ਹੈਨਾ ਆ ਜਾਤ ਦਾ ਆਪਾਂ ਨੂੰ ਜੇ ਕਿਸੇ ਨੂੰ ਥੱਲੇ ਲਾਉਣ ਲਈ ਆਪਾਂ ਆਪਣੀ ਜਾਤ ਦਾ ਪ੍ਰਗਟਾਵਾ ਕਰ ਰਹੇ ਹਾਂ ਫਿਰ ਉਹ ਮਾੜੀ ਗੱਲ ਆ ਜੀ ਹੈਨਾ ਐਜ਼ ਅ ਸਿੱਖ ਜਾਤ 'ਚ ਨਹੀਂ ਯਕੀਨ ਰੱਖਣਾ ਚਾਹੀਦਾ ਪਰ ਕਈ ਸਿੱਖ ਰੱਖਦੇ ਨੇ ਹੈਨਾ ਉਹਨਾਂ ਦੀ ਹੱਲੇ ਉਹ ਟਰਾਂਸਫਰਮੇਸ਼ਨ ਨਹੀਂ ਹੋਈ ਲੈਸੇ ਪਰ ਆਪਾਂ ਕਿਸੇ ਨਾਲ ਤੱਕਾ ਥੋੜੀ ਕਰ ਸਕਦੇ ਐਜ਼ ਲੌਂਗ ਐਜ਼ ਜਾਤ ਦੇ ਨਾਮ ਤੇ ਉਹ ਕਿਸੇ ਨਾਲ ਤੱਕਾ ਨਹੀਂ ਕਰ ਰਹੇ ਉਹ ਜੋ ਮਰਜ਼ੀ ਆਪਣੇ ਆਪ ਨੂੰ ਕਹੀ ਜਾਵੇ ਹੁਣ ਆਪਾਂ ਜਿਹੜੇ ਆਪਣੇ ਰਿਸਪੈਕਟਡ ਬ੍ਰਾਹਮਣ ਕਮਿਊਨਿਟੀ ਆ ਜਾਂ ਲਾਸਟ ਨੇਮ ਬਰਾੜ ਆ ਜਾਂ ਥਾਲੀਵਾਲ ਨੇ ਜਾਂ ਲਾਲ ਨੇ ਆਪਾਂ ਉਹਨੂੰ ਜਾ ਕੇ ਤੱਕਾ ਥੋੜੀ ਕਰ ਸਕਦੇ ਆ ਦੇਖੋ ਜੀ ਇਹ ਜਾਦ ਦੇ ਸਿੰਬਲ ਹੈ ਇਹਨਾਂ ਨੂੰ ਡਿਲੀਟ ਕਰੋ ਹੁਣ ਅਸੀਂ ਕੈਨੇਡਾ ਦੇ ਵਿੱਚ ਰਹਿੰਨੇ ਆ ਇਹ ਜਿਹੜੀ ਮਿਊਜ਼ੀਅਮ ਬਣਿਆ ਇਹ ਸਾਰਾ ਕੁਝ ਇਹ ਕੈਨੇਡਾ ਦੇ ਵਿੱਚ ਬਣਿਆ ਹੁਣ ਇੱਥੇ ਤੁਸੀਂ ਕਿਸੇ ਨੂੰ ਇਹ ਨਹੀਂ ਨਾ ਕਹਿ ਸਕਦੇ ਵੀ ਤੁਸੀਂ ਲਾਸਟ ਨੇਮ ਨਾ ਲਾਓ ਇੱਥੇ ਤਾਂ ਮੰਡੀਟਰੀ ਹੈ ਤੁਹਾਨੂੰ ਲਾਸਟ ਨੇਮ ਲਾਉਣਾ ਜ਼ਰੂਰੀ ਜੀ 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 ਉਹ ਉਹੀ ਤਾਂ ਗੱਲ ਹੈ ਨਾ ਵੀ ਜਦੋਂ ਤੁਸੀਂ ਗੱਲ ਕਰਦੇ ਹੋ ਵੀ ਜਿਹੜੇ ਮੈਜੋਰਟੀ ਗੀਤ ਨੇ ਉਹ ਚ ਜੱਟਾਂ ਦਾ ਜ਼ਿਕਰ ਆਉਂਦਾ ਔਰ ਤੁਸੀਂ ਉਹਦੇ ਖਿਲਾਫ ਖੜੇ ਆ ਫਿਰ ਇਹੀ ਆਰਗੇਨਾਈਜੇਸ਼ਨ ਜਦੋਂ ਕੋਈ ਕਾਨਸਰਟ ਕਰਾਉਂਦੀ ਆ ਉਥੇ ਮੂਸੇ ਵਾਲੇ ਦੇ ਤੇ ਦਿਲਜੀਤ ਦੇ ਤੇ ਸਾਰੇ ਗੀਤ ਚੱਲਦੇ ਆ ਜਾਂ ਫਿਰ ਤੁਹਾਡਾ ਉਥੇ ਵੀ ਇਹੀ ਸਟੈਂਡ ਹੋਵੇ ਵੀ ਜੇ ਕਿਸੇ ਯਾਦ ਦਾ ਜ਼ਿਕਰ ਆਇਆ ਅਸੀਂ ਉਹ ਗੀਤ ਨਹੀਂ ਚੱਲਣ ਦਵਾਗੇ ਫਿਰ ਕੰਟੀਨਿਉਟੀ ਹੋਣੀ ਚਾਹੀਦੀ ਤੁਹਾਡੇ ਸਟੈਂਡ 'ਚ ਐਦਾਂ ਨਾ ਹੋਵੇ ਕੱਲ ਦਿਲਜੀਤ ਨੇ ਇੱਥੇ ਆਉਣਾ ਹੋਵੇ ਤੇ ਤੁਸੀਂ ਕਹੋ ਜੀ ਅਸੀਂ ਹਰ ਇੱਕ ਤਰ੍ਹਾਂ ਦੇ ਗੀਤ ਲਾਵਾਂਗੇ ਤੁਹਾਡੀ ਕੰਟੀਨਿਊਟੀ ਹੋਣੀ ਚਾਹੀਦੀ ਹੈ ਨਾ ਜੀ 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 ਤੁਹਾਨੂੰ ਅੰਡਰਸਟੈਂਡ ਇਹ ਸਪਸ਼ਟ ਹੋਣਾ ਚਾਹੀਦਾ ਹੈ ਟ੍ਰਾਂਸਪੇਰੈਂਸੀ ਹੋਣੀ ਚਾਹੀਦੀ ਹੈ ਹੁਣ ਇੰਡੀਆ ਦੇ ਵਿੱਚ ਜੇ ਇੱਕ ਵਰਲਡ ਜਿਹੜਾ ਚਮਾਰ ਵਰਲਡ ਹੈ ਉਹਦੇ ਉੱਤੇ ਪਾਬੰਦੀ ਹੈ ਤੁਹਾਨੂੰ ਜੇਲ ਹੋ ਜਾਂਦੀ ਹੈ ਜੇ ਤੁਸੀਂ ਕਿਹਾ ਜਾਂਦਾ ਹੈ ਕੈਨੇਡਾ ਦੇ ਵਿੱਚ ਵੀ ਇਨਸੀਡੈਂਸ ਹੋ ਕੇ ਹਟਿਆ ਇਸ ਤਰ੍ਹਾਂ ਦਾ ਪਰ ਇਹ ਚੀਜ਼ਾਂ ਜਿਹੜੀਆਂ ਨੇ ਉਹ ਖੁੱਲ੍ਹੇ ਆਮ ਲਿਖੀਆਂ ਹੋਈਆਂ ਨੇ ਉੱਥੇ ਉਹ ਲਿਖਣ ਦਾ ਕੀ ਮਕਸਦ ਮੈਨੂੰ ਤਾਂ ਇਹ ਲੱਗਦਾ ਵੀ ਜਿਹੜੇ ਸਾਡਾ ਇਹ ਅਕੈਡੈਮਿਕਸ ਨੇ ਹੁਣ ਮੈਨੂੰ ਮੈਨੂੰ ਇਹਨਾਂ ਦੀ ਲਿਆਕਤ ਥੋੜਾ ਸ਼ੱਕ ਹੋਣ ਲੱਗ ਪਿਆ ਵੀ ਜਦੋਂ ਹਿੰਦੁਸਤਾਨ ਦੇ ਖਿੱਤੇ 'ਚ ਮੇਰੇ ਖਿਆਲ ਪ੍ਰੋਵੈਂਸ਼ਨ ਆਫ ਐਟ੍ਰੋਸਿਟੀਆਂ ਐਕਟ ਆ 19 ਸ਼ਾਇਦ 89 ਦਾ ਉਹਦੇ 'ਚ ਇਹ ਹੈ ਵੀ ਜੇ ਤੁਸੀਂ ਇਹ ਸ਼ਬਦ ਵਰਤੂਗੇ ਮੈਂ ਤਾਂ ਸ਼ਬਦ ਹੀ ਨਹੀਂ ਵਰਤਾਂਗਾ ਜੀ ਤੁਹਾਡੇ ਸਾਹਮਣੇ ਹੀ ਵਰਤਾਂਗਾ ਤੁਹਾਨੂੰ ਜੇਲ੍ਹ ਹੋ ਸਕਦੀ ਆ ਔਰ ਹੋਈ ਆ ਲੋਕਾਂ ਨੂੰ ਇੱਥੇ ਵੀ ਜੁਰਮਾਨੇ ਹੋਏ ਨੇ ਇੱਥੇ ਇਹ ਸ਼ਬਦ 13 14 ਵਾਰੀ ਤੁਸੀਂ ਉੱਥੇ ਵਰਤਿਆ ਕਿਉਂ ਵਰਤਿਆ ਹੋਇਆ ਤੁਹਾਡਾ ਦਲਿਤ ਕਹਿ ਕੇ ਵੀ ਸਰੇ ਸਕਦਾ ਸੀ ਨਾ ਸੋ ਕੋਈ ਤੁਸੀਂ ਜਿੱਦਾ ਮੈਂ ਚੁੰਡੀ ਵੱਢਣੀ ਤੇ ਮੈਂ ਪਤਾ ਵੀ ਨਹੀਂ ਲੱਗਣ ਦੇਣਾ ਏਦਾਂ ਦੀਆਂ ਸ਼ਰਾਰਤਾਂ ਕਰਨ ਦੀ ਕੋਸ਼ਿਸ਼ ਕੀਤੀ ਗਈ ਹੋਈ ਆ ਉਹ ਹੂੰ ਅ ਐਸੀ ਸਾਡਾ ਸਟੈਂਡ ਇਹ ਕਲੀਅਰ ਹੈ ਕਿ ਅਸੀਂ ਕੋਈ ਗ੍ਰਾਂਟ ਨਹੀਂ ਲੈਂਦੇ ਕੋਈ ਡੋਨੇਸ਼ਨ ਨਹੀਂ ਲੈਂਦੇ ਔਰ ਸਾਡਾ ਇਹ ਵੀ ਸਟੈਂਡ ਹੈ ਕਿ ਅਸੀਂ ਵੀ ਆਰ ਨਾਟ ਐਕੈਡੈਮਿਕਸ ਵੀ ਆਰ ਆਸਕਿੰਗ ਜਿਹੜੇ ਸਵਾਲ ਨੇ ਐਜ਼ ਅ ਟੈਕਸਪੇਅਰ ਵੀ ਜਿਹੜੀ ਹੁਣ ਮੈਨੂੰ ਪਤਾ ਨਹੀਂ ਫੰਡਿੰਗ ਕਿੰਨੇ ਦੀ ਹੋਈ ਆ ਔਰ ਏਦਾਂ ਵੀ ਨਹੀਂ ਹੈਗਾ ਵੀ ਅਸੀਂ ਫੰਡਿੰਗ ਦਾ ਰੋਲਾ ਪਾ ਕੇ ਉਹਨਾਂ ਦੀ ਪਲੇਸ ਅਸੀਂ ਲੈਣੀ ਆ ਏਦਾਂ ਵੀ ਨਹੀਂ ਹੈਗਾ ਸਾਨੂੰ ਤਾਂ ਇਹ ਹੈ ਕਿ ਜਦੋਂ ਤੁਸੀਂ ਇੱਕ ਅਕੈਡਮੀਆ ਵਿੱਚ ਜੋ ਗੱਲਾਂ ਚੱਲਦੀਆਂ ਚਾਰਦੁਆਰੀ ਜੀ ਯੂਨੀਵਰਸਿਟੀ ਚ ਉਹ ਇੱਕ ਹੋਰ ਗੱਲ ਹੈ ਜਦੋਂ ਤੁਸੀਂ ਉਹੀ ਗੱਲਾਂ ਪਬਲਿਕ ਪਬਲਿਕ ਡੋਮੇਨ ਚ ਲਿਆਂਦੇ ਹੋ ਤਾਂ ਐਜ਼ ਇਹ ਮੇਰੇ ਤੇ ਕੋਈ ਮਹਿਣਾ ਨਹੀਂ ਹੋਣਾ ਚਾਹੀਦਾ ਤੂੰ ਪੜ੍ਹੇ ਲਿਖਿਆ ਨਹੀਂ ਹੈਗਾ ਮੈਂ ਸਵਾਲ ਤੁਹਾਨੂੰ ਕਰ ਸਕਦਾ ਜਦੋਂ ਗੁਰੂ ਦੇ ਅਦਬ ਦੀ ਗੱਲ ਆਉਣੀ ਆ ਉਦੋਂ ਮੈਂ ਚਾਹੇ ਜਿੰਦਾ ਦਾ ਮਰਜ਼ੀ ਹੋਵਾਂ ਮੈਂ ਆਪਣੇ ਗੁਰੂ ਦੇ ਅਦਬ ਦੀ ਤਾਂ ਗੱਲ ਕਰ ਹੀ ਸਕਦਾ ਨਾ ਸੋ ਉਹ ਸਵਾਲ ਇਹ ਹੈ ਕਿ ਫੰਡਿੰਗ ਕਈ ਭਾਈ ਸਾਹਿਬ ਭੈਣ ਜੀ ਹੁਣਾਂ ਨੇ ਪੁੱਛਿਆ ਵੀ ਕਿੰਨੇ ਦੀ ਹੋਈ ਆ ਉਹ ਦੱਸਣ ਕਿੰਨੇ ਦੀ ਹੋਈ ਹੋਈ ਉਹ ਚ ਕੋਈ ਜ ਫੰਡਿੰਗ ਆ ਤਾਂ ਫੰਡਿੰਗ ਆ ਇਦਾਂ ਹੀ ਅਪਰੂਵ ਕਿੰਨੇ ਕੀਤੀ ਹੋਈ ਆ ਔਰ ਕਿਹੜਾ ਲੈ ਕੇ ਗਿਆ ਸੀ ਕੇਸ ਕਿ ਓਵਰ ਕੈਪਸ ਨੂੰ ਫੰਡਿੰਗ ਦਵਾਈ ਜਾਵੇ ਸੋ ਇਹ ਤਾਂ ਇਹਦਾ ਇਹ ਤਾਂ ਸਵਾਲ ਹੈ ਤਾਂ ਆਮ ਟੈਕਸਪੇਅਰ ਹਰ ਇੱਕ ਕੈਨੇਡੀਅਨ ਜਿਹੜਾ ਟੈਕਸਪੇਅਰ ਹੋ ਜਾਨਣਾ ਚਾਹੇਗਾ ਚਾਹੇ ਉਹ ਸਿੱਖ ਹੈ ਚਾਹੇ Hindu ਹੈ ਚਾਹੇ ਮੁਸਲਮਾਨ ਹੈ ਚਾਹੇ ਗੋਰਾ ਹੈ ਚਾਹੇ ਕੋਈ ਵੀ ਹੈ ਹਰ ਕਿਸੇ ਦੀ ਜੀਬ ਤੋਂ ਜਿਹੜੇ ਉਹ ਪੈਸੇ ਗਏ ਨੇ ਪਰ ਬਰਾਦ ਸਾਹਿਬ ਤੁਹਾਨੂੰ ਕੀ ਲੱਗਦਾ ਕਿ ਜਿਹੜੇ ਨੇ ਇਹਨਾਂ ਦੇ ਵਿੱਚ ਪਾਰਟਿਸਪੇਸ਼ਨ ਕੀਤੀ ਹੈ ਉਹ ਅਨਸਰ ਦੇਣ ਕਿ ਤੁਹਾਡੀ ਗੱਲ ਹੋਈ ਹੈ ਉਹਨਾਂ ਦੇ ਨਾਲ ਕਿਸੇ ਨਾਲ ਆਪਣੇ ਵੱਲੋਂ ਜੀ ਜਿੱਦਾਂ ਆਪਣਾ ਇੱਕ ਲਿਟੀਗੇਸ਼ਨ ਫਰਮ ਹਾਇਰ ਕੀਤੀ ਹੋਈ ਆ ਉਹਨਾਂ ਨੇ ਸਟ੍ਰਿਕਟਲੀ ਜਿਹੜੇ ਅਕੈਡਮੀਆ ਜਿਹੜੇ ਇੰਸਟੀਚਿਊਸ਼ਨ ਆ ਉਹਨਾਂ ਨੂੰ ਚਿੱਠੀ ਭਾਈ ਹੋਈ ਆ ਉਹਨਾਂ ਤੋਂ ਇਹੀ ਜਿਹੜੇ ਆਪਾਂ ਗੱਲ ਕਰ ਰਹੇ ਆ ਪੁੱਛ ਰਹੇ ਨੇ ਔਰ ਮੇਰੀ ਬੇਨਤੀ ਹੈ ਵੀ ਜਿਹੜੇ ਬਿਜ਼ਨੈਸਸ ਜਾਂ ਨਾਨ-ਪ੍ਰੋਫਿਟ ਆਰਗੇਨਾਈਜੇਸ਼ਨ ਉਹਨਾਂ ਦਾ ਵੈਸੇ ਥੈਂਕ ਯੂ ਕੀਤਾ ਗਿਆ ਫਾਰ ਇੰਟਰਵਿਊਜ਼ ਉਹ ਆ ਕੇ ਦੱਸਣ ਵੀ ਕੀ ਇੰਟਰਵਿਊ ਦਿੱਤੀ ਹੋਈ ਉਹਨਾਂ ਨੂੰ ਜਿੱਥੇ ਉਹਨਾਂ ਦਾ ਥੈਂਕ ਯੂ ਕੀਤਾ ਹੋਇਆ ਆਪਣੀਆਂ ਦੋ ਬਹੁਤ ਵੱਡੀਆਂ ਸੰਸਥਾਵਾਂ ਨੇ ਆ ਜਿਹੜਾ ਮਹੀਨਾ ਸਿੱਖ ਹੈਰੀਟੇਜ ਮੰਥ ਚੋਂ ਆਪਾਂ ਗੁਜ਼ਰ ਰਹੇ ਆ ਇਸ ਤਰ੍ਹਾਂ ਦੀਆਂ ਦੋ ਸੰਸਥਾਵਾਂ ਨੇ ਜਿਹਨਾਂ ਦੇ ਨਾਮ ਲਿਖੇ ਹੋਏ ਨੇ ਉੱਥੇ ਸੋ ਉਹ ਬੇਨਤੀ ਹੈ ਆ ਅੱਗੇ ਆ ਕੇ ਦੱਸਣ ਕਿ ਉਹਨਾਂ ਨੇ ਕੀ ਇੰਟਰਵਿਊ ਦਿੱਤੀ ਹੋਈ ਆ ਵੀ ਜਿੱਥੇ ਉਹਨਾਂ ਨੂੰ ਇਹ ਦਿਖਿਆ ਨਹੀਂ ਕਿ ਸੱਚੇ ਪਾਤਸ਼ਾਹ ਦਾ ਨਾਮ ਆਮ ਮੇਰੇ ਅਰਗੇ ਖੈਰ ਮੇਰੇ ਅਰਗੇ ਫੁੱਲਨ ਦੇ ਵੀ ਤਾਂ ਸੀ ਦੇ ਵੈਰੀ ਹਾਈਪਰ ਜਿੱਦਾ ਪਰਸਨੈਲਿਟੀ ਮੈਂ ਉਹਨੂੰ ਗਿਣਦਾ ਕਿਉਂਕਿ ਜੋ ਉਹਨਾਂ ਨਾਲ ਧੱਕਾ ਹੋਇਆ ਉਹਨਾਂ ਨੇ ਜਿੱਦਾਂ ਵੀ ਉਹਨਾਂ ਤੋਂ ਸਰਿਆ ਕੀਤਾ ਉਹਨਾਂ ਨੇ ਸੋ ਉਹਨਾਂ ਨੂੰ ਪਰ ਕਿਉਂ ਨਹੀਂ ਦੱਸਿਆ ਉਹ ਮਨੋ ਵਜ੍ਹਾ ਕੀ ਹੋਈ ਵੀ ਜਿੱਦਾਂ ਉਹਨਾਂ ਨੇ ਕਿਹਾ ਵੀ ਚਲੋ ਕੋਈ ਗੱਲ ਨਹੀਂ ਦੱਦ ਲਿਖ ਲੈਣ ਦਿਓ ਬਿਲਕੁਲ ਇਹ ਇਹ ਸਵਾਲ ਉਹਨਾਂ ਤੇ ਵੀ ਖੜਾ ਹੁੰਦਾ ਜੀ ਹਾਂ ਬਿਲਕੁਲ ਕਾਫੀ ਸਾਰੇ ਸਵਾਲ ਨੇ ਜਿਹੜੇ ਤੁਸੀਂ ਪੁੱਟ ਕੀਤੇ ਨੇ ਬਹੁਤ ਸਾਰੇ ਸਵਾਲ ਜਿਹੜੇ ਨੇ ਜਿਹੜੇ ਮਿਊਜ਼ੀਅਮ ਦੇ ਵਿੱਚ ਪਲੈਕ ਲੱਗੇ ਨੇ ਉਹਨਾਂ ਦੇ ਉੱਤੇ ਤੁਸੀਂ ਸਰਕਲ ਕਰਕੇ ਜਿਹੜੇ ਉਹ ਸਵਾਲ ਪੁੱਛੇ ਨੇ ਤੁਹਾਨੂੰ ਲੱਗਦਾ ਸਾਰੇ ਸਵਾਲਾਂ ਦੇ ਜਵਾਬ ਆਉਣਗੇ ਤੇ ਕਰੈਕਸ਼ਨਸ ਹੋਣਗੀਆਂ ਹ ਹੋਣੀਆਂ ਚਾਹੀਦੀਆਂ ਨੇ ਜੀ ਅਕਾਉਂਟੇਬਿਲਟੀ ਦੀ ਆਪਾਂ ਗੱਲ ਕਰਦੇ ਆ ਉਹ ਹੋਣੀ ਚਾਹੀਦੀ ਆ ਔਰ ਇਹ ਵੀ ਹੋਣਾ ਚਾਹੀਦਾ ਕਿ ਫਿਊਚਰ 'ਚ ਜਦੋਂ ਇਦਾਂ ਦੀਆਂ ਫੰਡਿੰਗ ਹੋਣ ਉਹਨਾਂ ਤੇ ਨਿਗਰਖ ਰੱਖੀ ਜਾਵੇ ਉਹਦੀ ਕੋਈ ਉੱਪਰ ਓਵਰਸਿੰਗ ਬਾਡੀ ਹੋਵੇ ਉਹਦੇ ਉੱਪਰ ਔਰ ਯੂਨੀਵਰਸਟੀਆਂ ਨੂੰ ਆਪਾਂ ਕਟੈਰੇਚ ਖਿੱਚ ਕੇ ਲਿਆਈਏ ਬੇ ਭਾਈ ਇਹ ਤਾਂ ਚਲੋ ਇਹਨਾਂ ਦੀ ਤਾਂ ਲਿਆਕਤ ਤੇ ਸ਼ੱਕ ਹੁੰਦਾ ਪਰ ਤੁਹਾਡੇ ਦੇ ਤਾਂ ਨਹੀਂ ਤੁਹਾਡੇ ਕੋਲ ਤਾਂ ਮਤਲਬ ਪੰਡਾਰੇ ਹਾਂਜੀ ਪੰਡਾਰੇ ਦੀ ਚੀਜ਼ ਦਾ ਹਾਂ 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 ਬਿਲਕੁਲ ਔਰ ਔਰ ਐਸੀ ਐਜ਼ ਅਗੇਨ ਮੈਂ ਸਟ੍ਰੈਸ ਦਿੰਨਾ ਵੀ ਐਜ਼ ਅ ਟੈਕਸਪੇਅਰ ਇਹ ਸਵਾਲ ਪੁੱਛ ਰਹੇ ਆ ਅ ਜਦੋਂ ਤੁਹਾਨੂੰ ਇਹ ਚੀਜ਼ਾਂ ਜਿਹੜੀਆਂ ਨੇ ਲੋਕਾਂ ਤੱਕ ਜਾਣਕੀਆਂ ਐਜ਼ ਅ ਟੀਵੀ ਦੇ ਜ਼ਰੀਏ ਰਿਵਿਊ ਪ੍ਰੋਗਰਾਮਸ ਦੇ ਜ਼ਰੀਏ ਤੇ ਲੋਕ ਆਪਣੇ ਵੀ ਉਹਨਾਂ ਦੇ ਪੁਆਇੰਟ ਆਫ View ਹੋਣਗੇ ਉਹਦੀ ਵੀ ਕੋਸ਼ਿਸ਼ ਕਰਨਗੇ ਦਿੱਤੇ ਜਾ ਸਕਦਾ ਤੁਹਾਡੇ ਨਾਲ ਹਾਂਜੀ ਹਾਂਜੀ ਸਾਡੇ ਨਾਲ ਬੇਸ਼ੱਕ ਸ਼ੇਅਰ ਕਰੋ ਪਰ ਜਿਹੜੇ ਇਨਵੋਲਵ ਨੇ ਉਹਨਾਂ ਨੂੰ ਸਿੱਧੇ ਸਵਾਲ ਪੁੱਛੋ ਵੀ ਭਾਈ ਇਦ ਇਦ ਦਾ ਕਰਕੇ ਗੱਲ ਸੁਣੀ ਹੈ ਤੇ ਸਾਡੇ ਵੀ ਮਨਚ ਹੋਇਆ ਇਹ ਔਰ ਸਾਨੂੰ ਇਹ ਵੀ ਪਤਾ ਲੱਗਾ ਕਿ ਮਈ ਪਹਿਲੀ ਤੋਂ ਜਿਹੜਾ ਇਹਨਾਂ ਦਾ ਇਹਨਾਂ ਨੇ ਪ੍ਰੋਗਰਾਮ ਲਿਖਿਆ ਹੋਇਆ ਸੀ ਗੁਰਦੁਆਰਾ ਸਾਹਿਬ ਚ ਜਾਣੀ ਹੈ ਉਹਨਾਂ ਨੇ ਨਾ ਕਰਨੀ ਆ ਫਿਰ ਅਸੀਂ ਉਹਨਾਂ ਨੂੰ ਉਹ ਸ਼ਰਮਿੰਦਾ ਕਰਨਾ ਉਹ ਉਹਦੀ ਕੀ ਵਜ੍ਹਾ ਹੈ ਉਹਦੀ ਕਿਉਂਕਿ ਕਿਉਂਕਿ ਗੱਲ ਤਾਂ ਹੋ ਰਹੀ ਐਂਟੀ ਰੈਸਿਜ਼ਮ ਦੀ ਔਰ ਤੁਸੀਂ ਗੱਲ ਕਰ ਰਹੇ ਹੋ ਵੀ ਅਸੀਂ ਗੁਰਦੁਆਰਾ ਸਾਹਿਬ ਦੇ ਅੱਗੇ ਜਾ ਕੇ ਕਹਿਣਾ ਵੀ ਯੂ ਆਰ ਡੂਇੰਗ ਡਿਸਕ੍ਰਿਮੀਨੇਸ਼ਨ ਟੂ ਅਸ ਤੇ ਇੱਕ ਪੈਂਥਰ ਦੀ ਵੀ ਗੱਲ ਹੋਈ ਹੈ ਮਿਊਜ਼ੀਅਮ ਦੇ ਵਿੱਚ ਜੋ ਪੈਂਥਰ ਦੀ ਵੀ ਇੱਕ ਪਿਕਚਰ ਜਿਹੜੀ ਹੈ ਉਨ ਕੀ ਲਈ ਹੈ ਪੈਂਥਰ ਦੀ ਕੋਟ ਦਿੱਤੀ ਗਈ ਔਰ ਪੈਂਥਰ ਦਾ ਜਿਹੜਾ ਜਿਹੜੀ ਆਪਾਂ ਚਿੰਨ੍ਹ ਦੀ ਗੱਲ ਕਰਦੇ ਸੀ ਨਾ ਸੰਕੇਤ ਦੀ ਰਮਜ਼ ਦੀ ਗੱਲ ਸੋ ਉਹ ਉਹ ਪਾਦ ਦਿੱਤਾ ਗਿਆ ਹੈ ਕਿਉਂਕਿ ਜੇ ਕੱਲ ਨੂੰ ਬਲੈਕ ਲਾਈ ਮੈਟਰ ਦੀ ਗੱਲ ਕਰਨੀ ਹੋਵੇ ਤੇ ਰਾਤ ਇਹਨਾਂ ਲਈ ਥੋੜਾ ਸੌਖਾ ਹੋ ਜਾਂਦਾ ਜੀ 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 ਸੋ ਇਹ ਸਾਰੀਆਂ ਚੀਜ਼ਾਂ ਸੱਚਮੁੱਚ ਤੁਸੀਂ ਕਹਿੰਦੇ ਆ ਕਿ ਸਵਾਲਾਂ ਦੇ ਘੇਰੇ ਦੇ ਵਿੱਚ ਤੇ ਇਹਨਾਂ ਦੇ ਜੇ ਸਵਾਲ ਉੱਠਿਆ ਤਾਂ ਜਵਾਬ ਵੀ ਆਉਣੇ ਜਿਹੜੇ ਨੇ ਉਹ ਜ਼ਰੂਰੀ ਨੇ ਤੁਸੀਂ ਮੈਂ ਇਹ ਵੀ ਮੰਨ ਕੇ ਚੱਲਦਾ ਜੀ ਹੋ ਸਕਦਾ ਸਾਡੀਆਂ ਵੀ ਗੱਲਾਂ ਕਈ ਸਵਾਲ ਗਲਤ ਹੋਣ ਸਾਨੂੰ ਉਹ ਵੀ ਦੱਸ ਦੇਵੇ ਭਾਈ ਇੱਥੇ ਕਿ ਤੁਸੀਂ ਗਲਤ ਹੋ ਤੇ ਅਸੀਂ ਕਵਾਂਗੇ ਵੀ ਸਾਡੇ ਤੋਂ ਗਲਤੀ ਹੋ ਗਈ ਆ ਔਰ ਅਸੀਂ ਆ ਪਹਿਲੂ ਦੇਖਿਆ ਨਹੀਂ ਸੀਗਾ ਇਦਾਂ ਜਿਹੜੇ ਏਸੀ ਸਵਾਲ ਕਰ ਰਹੇ ਆ ਤੁਸੀਂ ਉਹਨਾਂ ਦੇ ਜਵਾਬ ਦੇ ਦਿਓ ਮਿਥ ਨਹੀਂ ਹੋਣੀਆਂ ਚਾਹੀਦੀਆਂ ਰੂਮਰਸ ਨਹੀਂ ਹੋਣੀਆਂ ਚਾਹੀਦੀਆਂ ਫੈਕਟਸ ਜਿਹੜੇ ਆ ਉਹ ਹੋਣੇ ਚਾਹੀਦੇ ਨੇ ਤਾਂ ਕਿ ਫੈਕਟ ਜਿਹੜੇ ਆ ਉਹ ਹਰ ਕੋਈ ਕਮਿਊਨਿਟੀ ਕਿਉਂਕਿ ਇਹ ਕੱਲੀ ਸਿੱਖ ਨਹੀਂ ਇਹ ਕੋਈ ਹੋਰ ਭਾਈਚਾਰਾ ਨਹੀਂ ਇਹ ਦਲਿਤ ਨਹੀਂ ਇਹ ਕੋਈ ਹੋਰ ਜਿਹੜੀ ਆ ਜਾਤ ਗੋਤ ਦੀ ਗੱਲ ਨਹੀਂ ਇਹ ਕਮਿਊਨਿਟੀਆਂ ਦੀ ਗੱਲ ਹੈ ਤੇ ਇਹ ਕਮਿਊਨਿਟੀ ਸਿਰਫ ਤੇ ਸਿਰਫ ਇੱਕ ਕਮਿਊਨਿਟੀ ਨਹੀਂ ਨੇ ਬਹੁਤ ਸਾਰੀਆਂ ਕਮਿਊਨਿਟੀਆਂ ਨੂੰ ਆ ਕੇ ਵਿਜ਼ਿਟ ਵੀ ਕਰਨਾ ਤੇ ਪੜਨਾ ਵੀ ਹੈ ਫੈਕਟ ਜਿਹੜੇ ਆ ਉਹ ਹੋਣੇ ਚਾਹੀਦੇ ਜੀ 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 ਹੱਲੇ ਆਪਣੇ April ਦੇ end ਤੱਕ ਬੰਦ ਹੈ ਮਿਊਜ਼ੀਅਮ ਹਾਂਜੀ ਔਰ ਇੱਕ ਤਰੀਕ ਨੂੰ ਫੇਰ ਖੁੱਲੇਗਾ ਔਰ September ਤੱਕ ਇਹ ਉੱਥੇ ਰਹਿਣੀ ਹੈ ਔਰ ਇਹ ट्रैवलिंग ਐਗਜ਼ੀਬਿਸ਼ਨ ਬੜਨੀ ਹੈ ਕੈਨੇਡਾ ਦੇ ਹਰ ਜਗ੍ਹਾ ਜਾਣੀ ਹੈ ਸੋ ਜਿੱਥੇ ਜਿੱਥੇ ਵੀ ਆਪਣੀ ਆਵਾਜ਼ ਆ ਰਹੀ ਹੈ ਉਹ ਸਾਰੇ ਇਹਨਾਂ ਨੂੰ ਪੁੱਛਣ ਔਰ ਮੈਨੂੰ ਕਾਫੀ ਆਸ ਹੈ ਵੀ May ਪਹਿਲੀ ਤੱਕ ਕੁਝ ਨਾ ਕੁਝ ਉਹ ਸਟੇਟਮੈਂਟ ਆਪਣੇ ਵੱਲੋਂ ਦੇਣਗੇ ਜੀ ਅ ਔਰ ਸ਼ਾਇਦ ਕਰੈਕਸ਼ਨਾਂ ਵੀ ਕਰਨਗੇ ਜੇ ਉਹਨਾਂ ਨੂੰ ਸਹੀ ਲੱਗਾ ਤਾਂ ਜੀ ਬਿਲਕੁਕੁਲ ਜੀ ਜੀ ਉਮੀਦ ਕਰਦੇ ਆ ਕਿ ਕਰੈਕਸ਼ਨਸ ਹੋਣ ਉਮੀਦ ਕਰਦੇ ਆ ਕਿ ਸਾਰੇ ਹੈਪੀ ਹੋਣ ਐਗਜ਼ਿਬਿਸ਼ਨ ਦੇ ਨਾਲ ਤੇ ਇਹਦੇ ਵਿੱਚ ਸਿਰਫ ਤੇ ਸਿਰਫ ਓਵਰਕੈਸਟ ਦੀ ਗੱਲ ਹੋਵੇ ਤੇ ਹੀਟ ਕੈਸਟ ਦੀ ਜਿਹੜੀ ਗੱਲ ਹੈ ਠੀਕ ਹੈ ਸੀ ਨਾ ਹੋਵੇ ਔਰ ਆਪਣਾ ਮੋਟਿਵ ਇਹ ਹੀ ਹੋਣਾ ਚਾਹੀਦਾ ਕਿ ਆਪਾਂ ਇਸ ਖੂਬਸੂਰਤ ਮੁਲਕ ਨੂੰ ਸਟਰੋਂਗ ਕਰਨਾ ਲੋਕਾਂ ਨੂੰ ਅਪਲਿਫਟ ਕਰਨਾ ਜਾਂ ਸਾਨੂੰ ਕੋਈ ਕਰੇ ਆਪਾਂ ਇਹ ਨਹੀਂ ਕਰਨਾ ਵੀ ਜਿਹੜੇ ਜਿਹੜੇ ਮਿਹਣੇ ਹੁੰਦੇ ਨੇ ਉਹ ਇਕੱਠੇ ਕਰਕੇ ਐਗਜ਼ਿਬਿਸ਼ਨ ਬਣਾਉਣੀ ਆ ਫਿਰ ਇਦਾਂ ਨਾ ਹੋਵੇ ਕਿ ਕੋਈ ਜੱਟ ਪਾਈਚਾਰਾ ਇਕੱਠਾ ਹੋ ਕੇ ਯੂਨਾਈਟਿਡ ਜੈਟਸ ਆਫ ਕੈਨੇਡਾ ਆਰਗੇਨਾਈਜੇਸ਼ਨ ਬਣਾਏ ਉਹਦੇ ਚ ਜਿਹੜੇ ਪਾਕਿਸਤਾਨ ਦੇ ਮੁਸਲਮ ਜੱਟ ਨੇ ਹਰਿਆਣੇ ਦੇ ਹਿੰਦੂ ਜੱਟ ਨੇ ਪੰਜਾਬ ਦੇ ਸਿੱਖ ਜੱਟ ਸਾਰੇ ਇਕੱਠੇ ਹੋ ਕੇ ਉਹ ਵੀ ਇਦਾਂ ਦੀ ਕੋਈ ਉਲਟੀ ਐਗਜ਼ੀਬਿਸ਼ਨ ਲਾ ਦੇਣ ਫਿਰ ਉਹ ਪ੍ਰਿਤ ਵਧੀਆ ਨਹੀਂ ਹੋਏਗੀ ਨਹੀਂ ਹੋਈਗੀ ਉਹੀ ਗੱਲ ਇਹ ਸਹੀ ਦੀ ਨਹੀਂ ਇਹ ਗੱਲ ਪਹਿਲੇ ਸਪਰਟਾਂ ਜਿਹੜੀਆਂ ਨੇ ਉਹ ਚੰਗੀਆਂ ਪੈਣੀਆਂ ਚਾਹੀਦੀਆਂ ਨੇ ਨਾਲ ਨਾਲ ਇਹ ਹੈ ਕਿ ਜੇ ਆਪ ਅਪਲਿਫਟ ਦੀ ਗੱਲ ਕੀਤੀ ਹੈ ਜੇ ਅਸੀਂ ਇੱਕ ਰੂਮ ਦੇ ਵਿੱਚ ਚਾਰ ਜਾਨੇ ਬੈਠੇ ਆ ਤੇ ਅਸੀਂ ਇੱਕ ਦੂਜੇ ਨੂੰ ਅਪਲਿਫਟ ਕਰਨ ਦੀ ਗੱਲ ਇੱਕ ਦੂਜੇ ਕੋਈ ਸਾਡੀ ਸੰਗਤ ਦੇ ਵਿੱਚ ਬੈਠ ਕੇ ਇਹ ਨਾਲ ਮਹਿਸੂਸ ਕਰੇ ਛੋਟਾ ਨਾ ਮਹਿਸੂਸ ਸੋ ਇਹ ਸਾਰੀਆਂ ਚੀਜ਼ਾਂ ਹੋਣੀਆਂ ਚਾਹੀਦੀਆਂ ਨੇ ਸੋ ਜੇ ਤੁਹਾਡੇ ਨਾਲ ਕਿਸੇ ਨੇ ਕੰਟੈਕਟ ਕਰਨਾ ਕਿੱਥੇ ਕੀਤਾ ਜਾ ਸਕਦਾ ਕੋਈ ਨੰਬਰ ਦੇ ਸਕਦੇ ਆ ਜਾਂ ਫਿਰ ਬੰਜਾਰਾ ਨੋਮੈਡ ਦੀ ਵੈਬਸਾਈਟ ਹਾਂਜੀ ਬੰਜਾਰਾ ਨੋਮੈਡ ਦੀ ਵੈਬਸਾਈਟ ਤੇ ਜੇ ਤੁਸੀਂ ਸਕਰ ਉਦੇ ਥੱਲੇ ਈਮੇਲ ਤੇ ਨੰਬਰ ਲਿਖੇ ਹੋਏ ਨੇ ਬੇਸ਼ੱਕ ਈਮੇਲ ਕਰ ਲਓ ਨੰਬਰ ਕਰ ਲਓ ਪਰ ਮੇਰੀ ਬੇਨਤੀ ਇਹ ਹੋਏਗੀ ਕਿ ਜਿਹੜੇ ਇਸ ਐਕਜ਼ਿਬਿਸ਼ਨ ਚ ਇਨਵੋਲਵ ਨੇ ਡਾਇਰੈਕਟਲੀ ਤੁਸੀਂ ਉਹਨਾਂ ਨੂੰ ਫੋਨ ਕਰੋ ਈਮੇਲਸ ਕਰੋ ਜਿਹੜੇ ਐਮਪੀਜ਼ ਇਨਵੋਲਵ ਨੇ ਉਹਨਾਂ ਨੂੰ ਕਰੋ ਬਈ ਇਹਦੀ ਭਾਈ ਸਾਹਬ ਇਹ ਹੋਇਆ ਕੀ ਇੱਥੇ ਉਹ ਤੁਹਾਨੂੰ ਉਹਨਾਂ ਤੋਂ ਜਵਾਬ ਲਓ ਉਹਨਾਂ ਤੋਂ ਜੀ 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 ਤੁਹਾਡੇ ਨਾਲ ਵੀ ਰابط ਕਾਇਮ ਕੀਤਾ ਜਾ ਸਕਦਾ ਜਾਂ ਫਿਰ ਸਿੱਧੇ ਤੌਰ ਦੇ ਉੱਤੇ ਮੇਰੇ ਨਾਲ ਗੱਲ ਜਿਹੜੀ ਉਹ ਕੀਤੀ ਜਾ ਸਕਦੀ ਹੈ ਸੋ ਕੀ ਕਹੋਗੇ ਕੀ ਮੈਸੇਜ ਹੋਏਗਾ ਅੱਜ ਮੈਸੇਜ ਇਹ ਹੋਏਗਾ ਜੀ ਆਪਾਂ ਬਹੁਤ ਖੂਬਸੂਰਤ ਮੁਲਕ ਚ ਰਹਿ ਰਹੇ ਹਾਂ ਸੋ ਆਪਣੀ ਇੰਟੈਂਸ਼ਨ ਤੇ ਆਪਣੇ ਜਿਹੜੇ ਐਕਸ਼ਨ ਉਹ ਇਹ ਹੋਣੇ ਚਾਹੀਦੇ ਨੇ ਕਿ ਆਪਾਂ ਜੇ ਆਪਾਂ ਕਹਿੰਨੇ ਆ ਨਾ ਸਭੇ ਸਾਂਝੀ ਵਾਲ ਸਦਾਇਣ ਕੋਈ ਨਾ ਦੱਸੇ ਬਾਹਰ ਜਿਓ ਆਪਾਂ ਉੱਤੇ ਪਹਿਰਾ ਦੇਈਏ ਇੰਦੀ ਜਦੋਂ ਭਾਈ ਰੰਗਰੇਟਾ ਜੀ ਸਿੱਖੀ ਚਾਹੁੰਦੇ ਨੇ ਰੰਗਰੇਟਾ ਗੁਰੂ ਦਾ ਬੇਟਾ ਬਣਦੇ ਨੇ ਆਪਣਾ ਇਹੀ ਸੁਨਿਆ ਹੋਣਾ ਚਾਹੀਦਾ ਵੀ ਆਪਾਂ ਛੱਡ ਦੀ ਕੱਲਾ ਚ ਰਹਿਣਾ ਪੋਜ਼ਿਟਿਵ ਰਹਿਣਾ ਆ ਅ ਇਹ ਇਸ ਨਹੀਂ ਹੋਣੀ ਚਾਹੀਦੀ ਆਪਣੇ ਔਰ ਕੋਈ ਵੀ ਆਪਾਂ ਨਾ ਆਪਾਂ ਨੂੰ ਕੋਈ ਛੋਟਾ ਮਹਿਸੂਸ ਕਰਾਵੇ ਨਾ ਹੀ ਆਪਾਂ ਕਿਸੇ ਨੂੰ ਕਰਾਈਏ ਜੀ ਜੀ ਬਿਲਕੁਲ ਜੀ ਸੋ ਤੁਹਾਡਾ ਜਾਗਰੂਕਤਾ ਦੇ ਲਈ ਇਹ ਸਵਾਲ ਸਾਹਮਣੇ ਲੈ ਕੇ ਆਉਣ ਦੇ ਲਈ ਪਬਲਿਕ ਡੋਮੇਨ ਦੇ ਵਿੱਚ ਔਨ ਲਿਆਉਣ ਦੇ ਲਈ ਤੇ ਲੋਕਾਂ ਨੂੰ ਵੀ ਸੋਚਣ ਦੇ ਲਈ ਮਜਬੂਰ ਕਰਨ ਦੇ ਲਈ ਕਿ ਸੱਚਮੁੱਚੇ ਕੁਝ ਹੋ ਰਿਹਾ ਸੀ ਸੋਚ ਕਿਉਂ ਨਹੀਂ ਰਹੇ ਸੀ ਡੀਪਲੀ ਕਿਉਂ ਨਹੀਂ ਜਿਹੜਾ ਹੋ ਜਾ ਰਿਹਾ ਸੋ ਮੈਨੂੰ ਲੱਗਦਾ ਮੈਂ ਆਸ ਕਰਦੀ ਹਾਂ ਕਿ ਲੋਕ ਜਿਹੜੇ ਸਿੱਧੇ ਤੌਰ ਦੇ ਉੱਤੇ ਸਵਾਲ ਵੀ ਪੁੱਛਣਗੇ ਤੇ ਉਹਨਾਂ ਨੂੰ ਜਵਾਬ ਜਿਹੜਾ ਉਹ ਜ਼ਰੂਰ ਮਿਲੇਗਾ ਪਰ ਤੁਹਾਡਾ ਸਟੂਡੀਓ ਦੇ ਵਿੱਚ ਆਉਣ ਦੇ ਲਈ ਇੰਨੀ ਸ ਇਨਫੋਰਮੇਸ਼ਨ ਦੇ ਦਿੱਲੀ ਬਹੁਤ ਬਹੁਤ ਧੰਨਵਾਦ ਜੀ ਜੀ ਔਰ ਸਮਾਂ ਦੇਣ ਲਈ ਬਹੁਤ ਧੰਨਵਾਦ ਥੈਂਕ ਯੂ ਜੀ ਥੈਂਕ ਯੂ so much ਠੀਕ ਹੈ ਜੀ ਰਾਜ ਸਿੰਘ ਭੰਡਾਲ ਹੋਣੇ ਅੱਜ ਸਟੂਡੀਓ ਦੇ ਵਿੱਚ ਪਹੁੰਚੇ ਹੋਏ ਸੀ ਬਰਨਬੀ ਵਿਲੇਜ ਮਿਊਜ਼ੀਅਮ ਬਹੁਤ سارے ਲੋਕ ਵਿਜ਼ਿਟ ਕਰ ਵੀ ਰਹੇ ਨੇ ਕਰ ਦੀ ਸੋਚ ਵੀ ਰਹੇ ਨੇ ਪਰ ਇੱਕ ਵਾਰੀ ਸੋਚਿਓ ਜਰੂਰ ਰਾਜ ਸਿੰਘ ਭੰਡਾਲ ਹੋਣਾਂ ਦੀਆਂ ਗੱਲਾਂ ਦੇ ਵੱਲ ਧਿਆਨ ਜਰੂਰ ਦਿਓ ਤੇ ਆਪ ਵੀ ਆਪਣੀ ਰਿਸਰਚ ਜਰੂਰ ਕਰਿਓ ਹੋ ਸਕਦਾ ਹੈ ਕਿ ਅਸੀਂ ਇਸ ਪਲੇਟਫਾਰਮ ਦੇ ਉੱਤੇ ਬੈਠ ਕੇ ਸ਼ਾਇਦ ਸਾਡੇ ਤੋਂ ਵੀ ਕੋਈ ਗਲਤੀ ਹੋ ਗਈ ਹੋਵੇ ਰਾਜ ਸਿੰਘ ਭੰਡਾਲ ਹੋਣੇ ਜਿਵੇਂ ਕਹਿ ਰਹੇ ਸੀ ਕਿ ਸ਼ਾਇਦ ਸਾਡੀ ਵੀ ਕਿਤੇ ਕਿਸੇ ਜਿਹੜੀ ਗੱਲਬਾਤ ਹੋਈ ਆ ਜਾਂ ਫਿਰ ਅਸੀਂ ਜੋ ਰਿਸਰਚ ਕੀਤੀ ਉਹ ਥੋੜੀ ਬਹੁਤ ਉੱਥੇ ਤੱਲੇ ਕੋਈ ਗੱਲਬਾਤ ਜਿਹੜੀ ਹੋ ਗਈ ਹੋਵੇ ਸਾਨੂੰ ਵੀ ਜਰੂਰ ਫੀਡਬੈਕ ਜਿਹੜੀ ਉਹ ਦਿੱਤੀ ਜਾਵੇ ਪਰ ਇਹ ਹੈ ਕਿ ਜਿਹੜੇ ਆਰਗੇਨਾਈਜ਼ਰ ਹੈਗੇ ਨੇ ਜਿਨ੍ਹਾਂ ਨੇ ਇਹ ਯੂਨੀਵਰਸਿਟੀਆਂ ਇਨਵੋਲਵ ਹੈਗੀਆਂ ਨੇ ਲੋਕ ਇਨਵੋਲਵ ਹੈਗੇ ਨੇ ਉਹ ਵੀ ਇੱਕ ਵਾਰੀ ਜ਼ਰੂਰ ਧਿਆਨ ਦੇਣ ਤੇ ਕਰੈਕਸ਼ਨਸ ਜਿਹੜੀਆਂ ਨੇ ਉਹ ਹੋਣੀਆਂ ਚਾਹੀਦੀਆਂ ਨੇ ਜੇ ਤੁਸੀਂ ਵੀ ਸੋਚਦੇ ਆ ਕਿ ਇਹ ਚੀਜ਼ਾਂ ਹੋਣੀਆਂ ਚਾਹੀਦੀਆਂ ਨੇ ਜਾਂ ਸਿੱਧੇ ਤੌਰ ਦੇ ਉੱਤੇ ਸਵਾਲ ਪੁੱਛੇ ਜਾ ਸਕਦੇ ਨੇ ਜਾਇ ਵੰਚਾਰਾ ਨੋਮੈਡ ਦੇ ਨਾਲ ਰابطਾ ਜਿਹੜਾ ਉਹ ਕਾਇਮ ਕੀਤਾ ਜਾ ਸਕਦਾ ਇਨਫੋਰਮੇਸ਼ਨ ਤੇ ਅਪਡੇਟ ਅਸੀਂ ਤੁਹਾਡੇ ਤੱਕ ਇਸੇ ਤਰ੍ਹਾਂ ਪਹੁੰਚਾਉਂਦੇ ਰਵਾਂਗੇ ਤੇ 13 ਸੰਚਾ ਟੀਵੀ